देश दुनिया च वसते पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं आप जी नूं जी आया। थैंक यू, शुक्रिया जी। पंजाब दे मुख मंत्री अजकल हाईटेक हो गए, जदों मर्जी कढ के ट्वीट सुट दिंदे आ, फिर उत्ते गल करनी बनदी आ। सजरा ट्वीट तुसीं सारिआं ने पढ़ लिया होणा, वाहिगुरू जी दे आशीर्वाद सदका कल एक इतिहासिक फैसला करन जा रहे हैं। समूह संगतां दी मंग मुताबक सिख गुरद्वारा एक्ट 1925 विच एक नवीं धारा जोड़ रहे हैं कि हरिमंदर साहब तों गुरबाणी दा प्रसारण सब लई मुफ्त होवेगा, नो टेंडर रिक्वायर्ड। कल कैबिनेट च 20 जून नूं विधानसभा च मता आवेगा। हुण भगवंत मान साहब बतौर मुख्यमंत्री जां उहनां दी कैबिनेट, की विधानसभा दे विच कोई इस तरह दा मता लिआउण दे समर्थ है? 1925 दा एक्ट की है, किने बनाया, कि उस एक्ट दे विच इह कोई सोध कर सकदे आ, उहदे विच कोई इजाफा कर सकदे आ, कुछ घटा वधा सकदे आ? इह सवाल है। दूजी गल इह वी है कि तुसीं विधानक तौर दे उत्ते किन्ने क समर्थ हो श्रोमणी गुरुद्वारा प्रबंधक कमेटी दे इसे सरूप च फैसले लैण लई, जिवें हरियाणे दी कमेटी होंद विच आई है और उह 1966 तक जदों पंजाबी सूबा बणदा, इक पुनर्गठन हुंदा सूबिआं दा, उस एक्ट दे तहत उत्थों दे लोकां नूं अपने फैसले करन दा अख्तियार है, इह कहि के विधानसभा दे विच उहनां ने वक्खरी हरियाणा कमेटी बनाई सी, जिहनूं सुप्रीम कोर्ट ने वी कहा सी कि किसे वी स्टेट दे विच उत्थे दे रहिण वाले लोकां दी इच्छा अनुसार और उहनां दी अपनी सरकार जां उहनां दे अपने MLA विधानसभा च कोई नवां एक्ट लिया सकदे आ, तरमीम लिया सकदे आ, पर की पंजाब विधानसभा दे विच श्रोमणी गुरुद्वारा प्रबंधक कमेटी नाल जुड़िया कोई फैसला आ सकदा, कीता जा सकदा? क्योंकि इह इक से इक स्टेट नाल संबंधित नहीं है, इह तिन स्टेटां च अजे वी आ, इहदे च चंडीगढ़ और हिमाचल बाहर नहीं होए। सो इह क्योंकि सरदार जगतार सिंह होरां उम्र भर इन्हां ਮੁੱਦਿਆਂ ਦੇ ਉੱਤੇ ਗੱਲ ਕੀਤੀ, ਪੜ੍ਹਿਆ ਲਿਖਿਆ, ਸਰਦਾਰ ਹਮੀਰ ਸਿੰਘ ਹੋਰਾਂ ਬਹੁਤ ਨੇੜਿਓਂ ਇਹਨਾਂ ਚੀਜ਼ਾਂ ਨੂੰ ਦੇਖਿਆ, ਇਹਨਾਂ ਤੋਂ ਸਮਝਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਤੇ ਉਹਨਾਂ ਦਾ ਮਕਸਦ ਹੱਲ ਹੋ ਜਾਊਗਾ। ਅਜੇ ਕੱਲ ਹੀ ਉਹਨਾਂ ਨੇ ਇੱਕ ਟਵੀਟ ਕਰਕੇ ਅਜੀਤ ਪ੍ਰਕਾਸ਼ਨ ਸਮੂਹ ਦੇ ਸੰਬੰਧ ਦੇ ਵਿੱਚ ਵੀ ਬੜੀ ਲਾਈਨ ਖਿੱਚਤੀ ਸੀ, ਔਰ ਆਉਣ ਵਾਲੇ ਦਿਨ ਦੇ ਵਿੱਚ 19 ਤਰੀਕ ਵਾਲੇ ਦਿਨ ਹੀ ਬਰਜਿੰਦਰ ਸਿੰਘ ਹਮਦਰਦ ਵੱਲੋਂ ਸੱਦਾ ਦਿੱਤਾ ਗਿਆ ਸਾਰੀਆਂ ਸਿਆਸੀ ਤੇ ਸਮਾਜਿਕ ਧਿਰਾਂ ਨੂੰ ਕਿ ਆਓ ਇੱਕ ਮਾਰਚ ਕਰੀਏ, DC ਦਫ਼ਤਰ ਤੱਕ ਚੱਲੀਏ ਯਾਦਗਾਰ ਹਾਲ ਤੋਂ। ਇਹ ਕਾਫੀ ਵਿਵਾਦਿਤ ਮੁੱਦੇ ਬਣ ਗਿਆ ਸਰਕਾਰ ਦੇ ਨਜ਼ਰੀਏ ਤੋਂ। ਹੁਣੇ ਹੁਣੇ ਜਦੋਂ ਆਪਾਂ ਪ੍ਰੋਗਰਾਮ ਇਹ ਸ਼ੁਰੂ ਕਰ ਹੀ ਰਹੇ ਹਾਂ ਤੇ ਕੇਜਰੀਵਾਲ ਸਾਹਿਬ ਦਾ ਇੱਕ ਟਵੀਟ ਸਾਹਮਣੇ ਫਲੈਸ਼ ਹੋ ਰਿਹਾ, ਜਿਹਦੇ ਵਿੱਚ ਉਹ ਅਮਿਤ ਸ਼ਾਹ ਨੂੰ ਕਹਿ ਰਿਹਾ ਕਿ ਤੁਸੀਂ ਅੰਮ੍ਰਿਤਸਰ 'ਚ NCP ਦਾ ਦਫ਼ਤਰ ਖੋਲ੍ਹ ਰਹੇ ਹੋ ਜਾਂ ਭਾਜਪਾ ਦਾ ਪ੍ਰਚਾਰ ਕੇਂਦਰ ਖੋਲ੍ਹ ਰਹੇ ਹੋ। ਸੋ ਇਹ ਜਿਹੜੀ ਲੜਾਈ ਹੈ ਨਾ ਫੈਡਰਲ ਸਟਰਕਚਰ ਦੇ ਵਿੱਚ, ਕਿਹਦੇ ਕੀ ਅਖਤਿਆਰਾਤ ਨੇ, ਇਹ ਕਾਫੀ ਖੁੱਲ੍ਹ ਗਈ ਆ। ਇਹ ਸਾਰੇ ਮਾਮਲੇ ਮੈਂ ਤਾਂ ਸਮਰੱਥ ਨਹੀਂ ਸਮਝਦੇ ਆ। ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਬੈਠੇ ਬਿਠਾਏ ਮੁੱਖ ਮੰਤਰੀ ਵੈਸੇ ਹੈ ਤਾਂ ਰਾਜਸਥਾਨ 'ਚ ਸੀ ਗੰਗਾਨਗਰ ਵੱਲ, ਲੇਕਿਨ ਜਿਹੜਾ ਇਹ ਟਵੀਟ ਆਉਂਦਾ, ਕਿਉਂਕਿ ਕੱਲ੍ਹ ਸਵੇਰੇ ਕੈਬਨਿਟ ਜੁੜਨੀ ਆ, ਕੈਬਨਿਟ ਬਿਜ਼ਨਸ ਡਿਸਾਈਡ ਕਰਦੀ ਆ ਵਿਧਾਨ ਸਭਾ ਦਾ, ਕੈਬਨਿਟ ਦੇ ਵਿੱਚ ਕੀ ਇਸ ਤਰ੍ਹਾਂ ਦੀ ਕੋਈ ਪ੍ਰਪੋਜ਼ਲ ਜਾਂ ਪ੍ਰਸਤਾਵ ਵਿਧਾਨ ਸਭਾ ਨੂੰ ਬਿਜ਼ਨਸ ਦਾ ਹਿੱਸਾ ਬਣਾਉਣ ਲਈ ਰਿਕਮੈਂਡ ਕੀਤੀ ਜਾ ਸਕਦੀ ਹੈ? ਕੀ ਇਹ ਸਮਰੱਥ ਹੈਗੇ ਨੇ ਕੋਈ ਫੈਸਲਾ ਕਰ ਦੇਣ ਦੇ, ਕੋਈ ਮਤਾ ਲਿਆ ਕੇ ਕੋਈ ਤਰਮੀਮ ਕਰ ਸਕਦੇ ਨੇ ਜਦੋਂ ਕਿ ਪਾਰਲੀਮੈਂਟ ਦਾ ਕਾਨੂੰਨ ਹੈ, ਜਾਂ ਇਹ ਕੋਈ ਸੁਜੈਸ਼ਨ ਦੇਣਗੇ ਇਹ ਪਾਰਲੀਮੈਂਟ ਨੂੰ ਜਾਂ ਦੇਸ਼ ਦੀ ਉਸ ਸਰਵਉੱਚ ਜਿੱਥੋਂ ਇਹ ਕਾਨੂੰਨ ਬਣਦੇ ਆ ਉੱਧਰ ਰਿਕਮੈਂਡ ਕਰਨਗੇ, ਇੱਥੋਂ ਮਤਾ ਪਾ ਕੇ ਉਹ ਸੋਧ ਕਰਨ ਲਈ ਭੇਜਣਗੇ ਉੱਪਰ, ਕੀ ਕਰਨਗੇ? ਕਰ ਕੀ ਰਿਹਾ ਮੁੱਖ ਮੰਤਰੀ, ਕੀ ਕਹਿਣਾ ਚਾਹ ਰਹੇ ਨੇ? ਇਹ ਲੜਾਈ ਵੱਡੀ ਹੋ ਜਾਊਗੀ, ਸ਼੍ਰੋਮਣੀ ਕਮੇਟੀ ਰਿਐਕਟ ਕਰੂਗੀ, ਕੀ ਗੁਰਬਾਣੀ ਪ੍ਰਸਾਰਣ ਦਾ ਮਾਮਲਾ ਇਸ ਹੱਦ ਤੱਕ ਅੱਗੇ ਵਧੂਗਾ? ਕਿਉਂਕਿ ਜੁਲਾਈ ਦੇ ਵਿੱਚ ਉਸ TV ਚੈਨਲ ਦੇ ਅਖਤਿਆਰਾਤ ਖਤਮ ਹੋਣ ਵਾਲੇ ਆ ਔਰ ਨਵੇਂ ਸਿਰਿਓਂ ਟੈਂਡਰ ਕਾਲ ਕਰਨ ਦੀ ਪ੍ਰਕਿਰਿਆ ਦਾ ਜ਼ਿਕਰ ਹੋ ਰਿਹਾ। ਮੈਂ ਇਹਨਾਂ ਦਾ ਟਵੀਟ ਪੜਿਆ ਤੇ ਮੈਂ ਜਵਾਬ ਹੀ ਦਿੱਤਾ ਬਾਈ ਚਾਂਸ, ਮੈਂ ਕਦੇ ਛੇਤੀ ਕੀਤਾ ਇਹੋ ਜਿਹੇ ਟਵੀਟ ਦਾ ਕਦੇ ਜਵਾਬ ਦਿੱਤਾ ਨਹੀਂ। ਮੈਂ ਨਾਲ ਇਹ ਵੀ ਲਿਖਤਾ ਕਿ ਜਿਹੜੀ ਇਹ ਸਿੱਖ ਰਿਲੀਜੀਅਸ ਪੋਲੀਟੀਕਲ ਡੋਮੇਨ ਹੈ ਨਾ, ਇਹ ਮਾਈਨ ਫੀਲਡ ਹੈ, ਇਹਦੇ ਵਿੱਚ ਐਂਟਰ ਕਰਨਾ ਆਪਣਾ ਨੁਕਸਾਨ ਵੀ ਕਈ ਵਾਰੀ ਆਪ ਇੱਕ ਬੰਦਾ ਘੜਾ ਲੈਂਦਾ ਹੈ, ਪਿਛਲਾ ਇਤਿਹਾਸ ਤਾਂ ਇਹੀ ਕਹਿੰਦਾ। ਮੈਂ ਗੱਲ ਇਹਨਾਂ ਦੇ ਟਵੀਟ ਤੋਂ ਨਾ, ਟਵੀਟ ਬੜਾ ਕਲੀਅਰ ਹੈ, ਇਹਨਾਂ ਨੇ ਕਿਹਾ ਵੀ ਅਸੀਂ 1925 ਦਾ ਐਕਟ ਅਮੈਂਡ ਕਰਾਂਗੇ। ਨੈਚੁਰਲੀ ਜਦੋਂ CM ਟਵੀਟ ਕਰੇ ਇਹਦਾ ਮਤਲਬ ਹੈ ਕਿ ਉਹਨਾਂ ਨੇ ਕੋਈ ਕਾਨੂੰਨੀ ਰਾਏ ਲਈ ਹੋਈ ਹੈ, ਲੇਕਿਨ ਜਿਹੜੀ ਮੇਰੀ ਸਮਝ ਹੈ ਮੈਂ ਉਹਦੇ ਹਿਸਾਬ 'ਤੇ ਗੱਲ ਕਰੂੰਗਾ। ਸਮਝ 'ਤੇ ਜਿਹੜਾ ਹੁਣ ਤੱਕ ਦਾ ਪਿੱਛੇ ਐਕਸਪੀਰੀਅੰਸ ਹੈ, ਵਰਤਾਰਾ ਹੈ, ਇਸ ਸੈਕਟ 'ਤੇ ਕੀ ਕੁਛ ਹੁੰਦਾ ਰਿਹਾ, ਇਹਨੂੰ ਬਰੀਫ ਮੈਂ ਬਹੁਤ ਟਾਈਮ ਦੇ ਲੈਂਦਾ। 1925 ਦਾ ਐਕਟ ਪੰਜਾਬ ਅਸੈਂਬਲੀ, ਉਦੋਂ ਇਹਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਕਿਹਾ ਜਾਂਦਾ ਸੀ, ਉਹਦੇ 'ਚ ਪਾਸ ਹੋਇਆ ਸੀਗਾ।
ਤੇ ਪ੍ਰਾਈਵੇਟ ਮੈਂਬਰ ਬਿੱਲ ਸੀ ਤਾਂ ਤਾਰਾ ਸਿੰਘ ਸੀ ਉਹਨਾਂ ਨੇ ਇਹ ਬਿੱਲ ਤਿਆਰ ਕੀਤਾ ਸੀ ਉਹਨਾਂ ਦੇ ਆਪਣੇ ਮੂਵ ਕੀਤਾ ਸੀ ਉਹਨਾਂ ਨੇ ਕਮੇਟੀ ਬਣੀ ਸੀ ਜਿਹੜੇ ਸਿੱਖ MLC ਸੀਗੇ ਉਹਨਾਂ ਦੀ ਕਮੇਟੀ ਸੀਗੀ ਉਹਨਾਂ ਨੇ ਬਿੱਲ ਤਿਆਰ ਕੀਤਾ ਸੀ ਅਤੇ ਐਜ਼ ਪ੍ਰਾਈਵੇਟ ਮੈਂਬਰ ਬਿੱਲ ਸਰਕਾਰ ਨੇ ਪਾਸ ਕਰਵਾਇਆ ਸੀ ਅਤੇ ਜਿਹੜੇ ਅਕਾਲੀ ਲੀਡਰ ਸੀ ਉਹਨਾਂ ਦਾ ਇੱਕ ਵੱਡਾ ਸੈਕਸ਼ਨ ਜਿਹੜਾ ਜੇਲ੍ਹ ਦੇ ਵਿੱਚ ਸੀ ਉਹਨਾਂ ਨੇ ਇਹ ਬਿੱਲ ਮਨਜ਼ੂਰ ਕਰਨ ਤੋਂ ਨਾ ਕਰਤੀ ਸੀ ਉਹਨਾਂ ਨੇ ਕਿਹਾ ਸੀ ਇਸ ਬਿੱਲ ਨੂੰ ਰੈਟੀਫਾਈ ਕਰਨ ਦੀ ਸ਼ਰਤ ਅਸੀਂ ਜੇਲ੍ਹ 'ਚੋਂ ਬਾਹਰ ਨਹੀਂ ਆਵਾਂਗੇ ਉਹ ਬਾਅਦ ਵਿੱਚ ਬਾਹਰ ਆਏ ਸੀ ਕੁਛ ਬਾਹਰ ਆਏ ਸੀਗੇ ਲੇਕਿਨ ਜਿਹੜੇ ਮੇਨ ਅਸਲੀ ਲੀਡਰ ਸੀ ਉਹ ਬਾਹਰ ਨਹੀਂ ਸੀ ਆਏ ਇਹ ਬੈਕਗਰਾਉਂਡ ਹੈ 1966 ਦੇ ਵਿੱਚ ਜਿਹੜਾ ਇਹ ਇੰਪ੍ਰੈਸ਼ਨ ਹੈ ਵੀ ਐਕਟ ਆਫ ਪਾਰਲੀਮੈਂਟ ਹੈ ਇਹ ਓਰੀਜਨਲ ਐਕਟ ਆਫ ਪੰਜਾਬ ਲੈਜਿਸਲੇਟਿਵ ਕੌਂਸਲ ਹੈ ਅਤੇ ਇਹਦਾ ਜਿਹੜਾ ਓਰੀਜਨਲ ਬਿੱਲ ਹੈ ਉਹ ਲਾਹੌਰ ਅਸੈਂਬਲੀ ਦੀ ਸਾਈਡ 'ਤੇ ਪਿਆ ਹੋਇਆ ਉਹਦੇ 'ਚ ਪੂਰੀ ਡਿਟੇਲ ਇਹਦੀ ਦਿੱਤੀ ਹੋਈ ਹੈ ਨਾਲ ਉਹ ਨਾਮ ਵੀ ਹੈ ਜਿਹਨਾਂ ਨੇ ਉਸ ਵੇਲੇ ਪਾਸ ਕੀਤਾ ਸੀ ਸਾਰਾ ਕੁਛ ਹੀ ਹੈ ਇਹ 1966 ਦੇ ਵਿੱਚ ਜਦੋਂ ਪੰਜਾਬ ਰੀਆਰਗੇਨਾਈਜ਼ ਹੁੰਦਾ ਹੈ ਉਹਦੇ ਵਿੱਚ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ਦੇ ਧਾਰਾ 72 ਉਹਦੇ 'ਚ ਜਦੋਂ ਇਹ ਜਿੰਨੀਆਂ ਬਾਡੀਜ਼ ਇਹੋ ਜਿਹੀਆਂ SGPC ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਅਤੇ ਇਸ ਤਰ੍ਹਾਂ ਹੋਰ ਜਿਹੜੀਆਂ ਬਾਡੀਜ਼ ਸੀ ਜਿਹੜੀਆਂ ਇੰਟਰਸਟੇਟ ਬਾਡੀਜ਼ ਕੋਪਰੇਟ ਬਣ ਗਈਆਂ ਉਹਨਾਂ ਦੀ ਪ੍ਰੋਵੀਜ਼ਨ ਰੱਖੀ ਗਈ ਸੀਗੀ ਅਤੇ ਉਸ ਤੋਂ ਬਾਅਦ ਇਹ ਹੋ ਗਿਆ ਕਿ ਇਹ ਐਕਟ ਉਸ 66 ਦੇ ਐਕਟ ਥੱਲੇ ਇਹਦੀ ਜੁਰਿਡਿਕਸ਼ਨ ਪਾਰਲੀਮੈਂਟ ਕੋਰਟ ਚਲੀ ਗਈ ਕਿਉਂਕਿ ਇੰਟਰਸਟੇਟ ਬਾਡੀ ਕੋਰਪੋਰੇਟ ਹੋ ਗਈ ਸੀਗੀ ਉਹਦੇ 'ਚ ਇਹ ਸੀ ਕਿ ਜਿਹੜੀ ਕੋਈ ਅਮੈਂਡਮੈਂਟ ਕਰ ਰਹੀ ਹੈ ਸੈਕਟ ਦੇ ਵਿੱਚ ਉਹਦੀ ਰਿਕਮੈਂਡੇਸ਼ਨ ਪਹਿਲਾਂ SGPC ਦਾ ਜਨਰਲ ਹਾਊਸ ਕਰੇਗਾ ਇਹ ਰਾਦਰ ਕਿਸੇ ਵੇਲੇ ਜਿਹਨੂੰ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਕਿਹਾ ਜਾਂਦਾ ਹੈ ਜਿਹੜਾ ਕਿ SGPC ਨੇ ਦੇ ਜਨਰਲ ਹਾਊਸ ਨੇ ਅਦਰਵਾਈਜ਼ ਅਪਰੂਵ ਨਹੀਂ ਸੀ ਕੀਤਾ ਰਿਕਾਰਡ ਦਾ ਪਾਰਟ ਹੈ ਤਾਂ ਉਹਦੇ ਅੰਡਰ ਸੀ ਲੇਕਿਨ ਹੋਇਆ ਕਿ ਇਸ ਐਕਟ ਦੇ ਵਿੱਚ ਐਗਜ਼ੀਕਟਿਵ ਆਰਡਰ ਹੋ ਕੇ ਵੀ ਅਮੈਂਡਮੈਂਟਸ ਹੁੰਦੇ ਰਹੀਆਂ ਮਤਲਬ ਕਿ ਸਹਿਜਧਾਰੀਆਂ ਦੀ ਜਿਹੜੀ ਅਮੈਂਡਮੈਂਟ ਹੋਈ ਜਾਂ ਵਿਮੈਨ ਦੀਆਂ 30 ਸੀਟਾਂ ਰਿਜ਼ਰਵ ਹੋਈਆਂ ਇਹ ਐਗਜ਼ੀਕਟਿਵ ਆਰਡਰ ਸੀਗੇ ਪਾਰਲੀਮੈਂਟ ਦੇ ਵਿੱਚ ਇਹ ਐਕਟ ਅਮੈਂਡਮੈਂਟ ਦੇ ਤੌਰ 'ਤੇ ਨਹੀਂ ਸੀ ਲੈਂਦਾ ਗਿਆ ਇਸੇ ਕਰਕੇ ਸਹਿਜਧਾਰੀਆਂ ਦਾ ਮਸਲਾ ਆਪਣੇ ਸੁਪਰੀਮ ਕੋਰਟ ਦੇ ਵਿੱਚ ਆ ਕੇ ਅੜ ਗਿਆ ਸੀ ਅਤੇ ਮੁੜ ਕੇ ਐਕਟ ਨੂੰ ਅਮੈਂਡ ਕਰਨਾ ਪਿਆ ਸੀ ਐਕਟ ਨੂੰ ਅਮੈਂਡ ਕਰਨ ਦੀ ਪਾਵਰ ਅੱਜ ਦੀ ਡੇਟ ਦੇ ਵਿੱਚ ਕੇਵਲ ਅਤੇ ਕੇਵਲ ਪਾਰਲੀਮੈਂਟ ਦੀ ਹੈ ਬਿਲਕੁਲ ਜਦੋਂ ਹਰਿਆਣੇ ਨੇ ਆਪਣੀ ਅਲੱਗ ਬਾਡੀ ਬਣਾਈ ਹੈ ਅਤੇ ਉਦੋਂ ਫਿਰ ਇਹ ਜਿਹੜੀ ਕੰਟਰੋਵਰਸੀ ਹੈ ਇਹ ਰਿਵਾਈਵ ਹੋਈ ਸੀਗੀ ਕਿ ਕੀ ਪੰਜਾਬ ਕੋਲ ਕੋਈ ਐਸੀ ਪਾਵਰ ਹੈ ਅਤੇ ਕਿਉਂਕਿ ਮੈਂ ਲੀਗਲ ਮਾਈਂਡ ਨਹੀਂ ਹੈ ਸੋ ਮੈਂ ਕੈਟੇਗੋਰਿਕ ਇਹਦੇ ਬਾਰੇ ਗੱਲ ਨਹੀਂ ਕਰ ਸਕਦਾ ਕਿ ਪਾਵਰ ਇਹਨਾਂ ਦੀ ਹੈ ਕਿ ਨਹੀਂ ਲੇਕਿਨ ਜੇ CM ਕਹਿ ਰਹੇ ਹੈ ਕਿ ਇਹ ਪਾਵਰ ਸਾਡੇ ਕੋਲ ਹੈਗੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਕਰਦੇ ਕਿਵੇਂ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਪੰਜਾਬ ਅਸੈਂਬਲੀ ਹੈ ਉਹ ਕੇਂਦਰ ਨੂੰ ਇੱਕ ਰਿਕਮੈਂਡੇਸ਼ਨ ਭੇਜ ਸਕਦੀ ਹੈ ਕਿ ਇਸ ਐਕਟ ਨੂੰ ਅਮੈਂਡ ਕੀਤਾ ਜਾਵੇ ਅਤੇ ਦੂਜੀ ਗੱਲ ਇਹ ਜਿਹੜਾ ਮਤਾ ਹੈ ਇਹ ਤਾਂ ਕਾਂਗਰਸ ਸਰਕਾਰ ਵੇਲੇ ਪਿਛਲੀ ਵੇਲੇ ਵੀ ਪਾਸ ਹੋਇਆ ਸੀਗਾ ਵੀ ਜਿਹੜੀ ਇਹ ਮੋਨੋਪੋਲੀ ਹੈ ਲਾਈਵ ਟੈਲੀਕਾਸਟ ਦੀ ਇਹ ਖਤਮ ਹੋਣੀ ਚਾਹੀਦੀ ਹੈ ਅਤੇ ਮੈਂ ਨਾਲ ਹੋਰ ਅੱਗੇ ਯਾਦ ਕਰਾ ਦਿਆਂ ਕਿ ਜਿਹੜਾ ਪਰ ਆਪਾਂ ਉਸ ਤੋਂ ਪਹਿਲਾਂ ਇੱਕ ਹੋਰ ਲੈ ਲਈਏ ਕੀ ਇਹ ਲਾਈਵ ਟੈਲੀਕਾਸਟ ਅੰਡਰ ਦੀ ਐਕਟ ਹੈ 1925 ਇਹ ਪਹਿਲਾਂ ਜ਼ਰੂਰੀ ਹੈ ਬਾਕੀ ਗੱਲਾਂ ਬਾਅਦ ਦੇ ਵਿੱਚ ਹੈ ਮੈਂ ਇਸ ਗੱਲ 'ਤੇ ਬੜਾ ਕਲੀਅਰ ਹੈ ਇਸ ਲਾਈਵ ਟੈਲੀਕਾਸਟ ਦਾ 1925 ਦੇ ਐਕਟ ਨਾਲ ਕੋਈ ਤਲਕ ਨਹੀਂ ਹੈ ਇਸੇ ਕਰਕੇ ਮੈਨੂੰ ਇਹ ਸਮਝ ਨਹੀਂ ਆਈ ਕਿ ਭਗਵੰਤ ਮਾਨ ਜੀ ਆਪਣੇ ਟਵੀਟ ਵਿੱਚ 1908 ਦੇ ਵਿੱਚ ਜਦੋਂ ਕਹਿੰਦੇ ਸੀ ਇਹ ਧਾਰਾ ਜੋੜਾਂਗੇ ਉਹਦਾ ਕੀ ਮਤਲਬ ਹੈ ਜਿਹੜੀ ਲਾਈਵ ਟੈਲੀਕਾਸਟ ਉਸ ਐਕਟ ਦੇ ਅੰਡਰ ਹੀ ਨਹੀਂ ਹੈ ਉਹਨੂੰ ਤੁਸੀਂ ਕਿਵੇਂ ਉਹਦੇ ਐਕਟ ਦੇ ਅੰਡਰ ਲਿਆਓਗੇ ਬਿਲਕੁਲ ਇਹ ਹੈ ਜੇ ਤੁਸੀਂ ਕਹੋ ਤਾਂ ਮੈਂ ਬੈਕਗਰਾਉਂਡ ਇਸ ਜਿਹੜਾ ਫ੍ਰੀ ਟੈਲੀਕਾਸਟ ਹੈ ਇਹਦੇ ਵੀ ਥੋੜ੍ਹੇ ਜਿਹੇ 2 ਮਿੰਟ ਦੱਸ ਦੇਣਾ ਜੀ ਜੇ ਆਪਾਂ 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 ਇਹਨੂੰ ਨੈਕਸਟ ਰਾਉਂਡ ਦੇ ਵਿੱਚ ਜੇ ਲਾਈਏ ਸਰਦਾਰ ਹਮੀਰ ਸਿੰਘ ਜਿਵੇਂ ਤੁਸੀਂ ਠੀਕ ਸਮਝੋ ਲੇਕਿਨ ਮੈਂ ਇਹਦੇ ਬਾਰੇ ਜੋ ਇਹਨਾਂ ਨੇ ਟਵੀਟ ਕੀਤਾ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਟਵੀਟ ਦਾ ਮਤਲਬ ਕੀ ਹੈ ਕਿਉਂਕਿ ਇਹ ਲਾਈਵ ਟੈਲੀਕਾਸਟ ਇਸ ਐਕਟ ਦੀ ਆਰਡਰ ਨਹੀਂ ਹੈ ਜੀ ਅਸੀਂ ਸਰਦਾਰ ਹਮੀਰ ਸਿੰਘ ਉਹਨਾਂ ਦਾ ਨੁਕਤਾ ਨਜ਼ਰ ਲੈਂਦੇ ਹਾਂ ਸਰਦਾਰ ਹਮੀਰ ਸਿੰਘ ਦੀ ਜਦੋਂ 1925 ਦੇ ਵਿੱਚ ਇਹ ਐਕਟ ਹੋਂਦ 'ਚ ਆਉਂਦਾ ਉਦੋਂ ਤਾਂ ਮੇਰੇ ਖਿਆਲ ਰੇਡੀਓ ਵੀ ਕਿਤੇ ਕੋਈ ਬਹੁਤ ਸਥਾਨਕ ਪੱਧਰ ਤੇ ਹੋਊਗਾ ਜੇ ਹੋਊਗਾ ਮੈਨੂੰ ਨਹੀਂ ਲੱਗਦਾ ਵੀ ਉਦੋਂ ਰੇਡੀਓ ਵੀ ਕਿਸੇ ਕਾਰਜਸ਼ੀਲ ਸੀਗੇ ਸੋ ਇਹ ਤਾਂ ਸ਼ਾਇਦ ਹੀ ਉਹਦੇ ਵਿੱਚ ਕਿਧਰੇ ਜ਼ਿਕਰ ਹੋਇਆ ਹੋਵੇ ਨਾਲੇ ਇਹਨਾਂ ਚੀਜ਼ਾਂ ਦਾ ਜ਼ਿਕਰ ਹੋਣਾ ਬਣਦਾ ਹੀ ਨਹੀਂਗਾ ਦੂਜੀ ਗੱਲ
ਕੀ ਅੱਜ ਜਿਹੜਾ ਇਹ ਟਵੀਟ ਇਹਦੀ ਟਾਈਮਿੰਗ ਔਰ ਖਾਸ ਤੌਰ ਤੇ ਗਵਰਨਮੈਂਟ ਦਾ ਸ਼੍ਰੋਮਣੀ ਕਮੇਟੀ ਦੇ ਕੰਮਾਂ ਵਾਲੇ ਪਾਸੇ ਧਿਆਨ ਦੇਣਾ ਇਹ ਇੱਕ ਪੋਲੀਟੀਕਲ ਐਂਗਲ ਵੀ ਆ ਕੋਣ ਵੀ ਆ ਕਿਉਂਕਿ ਅਕਾਲੀ ਦਲ ਸਿੱਧੇ ਰੂਪ ਚ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਦੇਖ ਰਿਹਾ ਆਪਣੇ ਮੈਂਬਰਾਂ ਰਾਹੀਂ। ਮੈਨੂੰ ਇਹ ਜ਼ਰੂਰ ਸਮਝਾਇਓ ਜ਼ਰਾ ਕਿ ਮੁੱਖ ਮੰਤਰੀ ਦਾ ਮਕਸਦ ਕੀ ਹੈ ਤੇ ਕੀ ਉਹ ਮਕਸਦ ਇਹਦੇ ਵਿੱਚੋਂ ਸਾਧ ਲੈਣਗੇ, ਕੀ ਸੱਚਮੁੱਚ ਉਹ ਐਕਟ ਬਣਾ ਸਕਦੇ ਨੇ, ਤੁਹਾਡਾ ਤਜਰਬਾ ਕੀ ਕਹਿੰਦਾ, ਜਾਂ ਉਹ ਸਿਰਫ ਇੱਕ ਸਿਫਾਰਿਸ਼ ਕਰਕੇ ਜਿਹਨੂੰ ਕਹਿੰਦੇ ਹੁੰਦੇ ਟਿੰਡ ਝਕਾਨਾ ਪਾ ਦੇਣਾ, ਮਤਲਬ ਇੱਕ ਤਰ੍ਹਾਂ ਨਾਲ ਸੰਕਟ ਖੜਾ ਕਰ ਦੇਣਗੇ ਵੀ ਹੁਣ ਕੇਂਦਰ, ਕਿਉਂਕਿ ਕੇਂਦਰ ਵੀ ਹੁਣ ਅਕਾਲੀ ਦਲ ਦਾ ਭਾਈਵਾਲ ਤਾਂ ਰਿਹਾ ਨਹੀਂ, ਕੀ ਪਾਰਲੀਮੈਂਟ ਨੂੰ ਰਿਕਮੈਂਡ ਤੇ ਕੀ ਇਹ ਗੱਲ ਅੱਗੇ ਜਾ ਕੇ ਉਹ ਇਹਨੂੰ ਤਵੱਜੋ ਵੀ ਦੇਣਗੇ? ਅਮੂਮਨ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਪਾਸ ਹੋਏ ਮਤਿਆਂ ਨੂੰ ਤਾਂ ਪੰਜਾਬ ਸਰਕਾਰ ਬੜੀ ਵਾਰੀ ਤਵੱਜੋ ਨਹੀਂ ਦਿੰਦੀ, ਜਿਹੜੇ ਰਿਕਮੈਂਡਰੀ ਕਿਸਮ ਦੇ ਹੁੰਦੇ ਨੇ ਜਿੱਥੇ ਸੁਜੈਸਟਿਵ ਕਿਸਮ ਦੀਆਂ ਸਲਾਹਾਂ, ਉਹ ਵੀ ਨਹੀਂ ਮੰਨਦੇ ਹੈਗੇ ਤੇ ਅਗਲੇ ਉੱਪਰਲੇ ਮੰਨ ਜਾਣਗੇ ਜੀ। ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਜਿਹੜੇ ਤਾਂ ਬੇਸਿਕ ਰਾਈਟਸ ਤੇ ਸਮੇਂ ਦੇ ਲਿਹਾਜ਼ ਨਾਲ ਡਿਵੈਲਪਮੈਂਟਸ ਹੁੰਦੀਆਂ ਨੇ ਜਿਹੜੀਆਂ, ਉਹ ਫੰਡਾਮੈਂਟਲ ਰਾਈਟਸ ਦੇ ਜਿਹੜੇ ਕੁਐਸਚਨ ਨੇ ਕਿ ਤੁਸੀਂ ਰਿਲੀਜਨ ਨੂੰ ਕਿਵੇਂ ਆਪਣੇ ਨੂੰ ਠੀਕ ਕਰਨਾ, ਕਿਵੇਂ ਉਹਦਾ ਪ੍ਰਸਾਰ ਕਰਨਾ, ਉਹ ਕਿਹੜੇ ਤਰੀਕੇ ਨਾਲ ਕਰਨਾ, ਮੇਰੇ ਖਿਆਲ ਉਹਦੇ ਵੱਡੇ ਬਰਾਊਡ ਦਾਇਰੇ ਦੇ ਵਿੱਚ ਚੀਜ਼ਾਂ ਆ ਜਾਂਦੀਆਂ ਨੇ ਸਾਰੀਆਂ। ਜਿਵੇਂ ਪਹਿਲਾਂ ਪ੍ਰੈਸ ਚੱਲ ਪਈ ਫਰੀਡਮ, ਫਿਰ ਟੀਵੀ ਆ ਗਏ, ਫਿਰ ਆ ਸੋਸ਼ਲ ਮੀਡੀਆ ਹੁਣ ਚੱਲਦਾ, ਸੋਸ਼ਲ ਮੀਡੀਆ ਕਿਹੜੇ ਐਕਟ ਤਹਿਤ ਚੱਲਦਾ, ਉਹ ਅਜੇ ਤੱਕ ਉਹ ਬਣ ਰਹੇ ਨੇ ਰੂਲ, ਕਿਉਂਕਿ ਜਦੋਂ ਪ੍ਰੋਬਲਮ ਆਉਂਦੀਆਂ ਨੇ ਉਹਦੇ ਚ ਤਾਂ ਰੂਲ ਬਣਾਉਣ ਦੀ ਤੇ ਐਕਟ ਬਣਾਉਣ ਦੀ ਲੋੜ ਪੈਂਦੀ ਹੈ। ਫਿਲਹਾਲ ਆਪਣਾ ਪ੍ਰਚਾਰ ਕਰਨਾ, ਜੇ ਉਹਦੇ ਦਾਇਰੇ ਚ ਸਾਰਾ ਕੁਝ ਹੁੰਦਾ ਉਹ ਸ਼ਾਇਦ ਉਹਦੇ ਲਈ ਐਕਟ ਦੀ ਲੋੜ ਵੀ ਨਹੀਂ ਹੁੰਦੀ ਉਸ ਪੱਧਰ ਦੇ ਉੱਤੇ, ਕਿਉਂਕਿ ਐਕਟ ਬਣੇ ਜ਼ਰੂਰੀ ਹੈ। ਔਰ ਦੂਜੀ ਗੱਲ ਇਹਦੇ ਨਾਲ ਦੀ ਨਾਲ ਇਹ ਗੱਲ ਹੈ ਕਿ ਜਿਹੜਾ ਰਿਲੀਜੀਅਸ ਮਾਮਲਾ ਹੈ ਸਾਡੇ ਕੰਟਰੀ ਦੇ ਵਿੱਚ, ਕਾਨਸਟੀਟਿਊਸ਼ਨ ਦੇ ਵਿੱਚ ਇਹ ਗੱਲ, ਇਹ ਪ੍ਰੋਵੀਜ਼ਨ ਲਗਾਤਾਰ ਹੈ ਕਿ ਇੱਕ ਸੈਕੂਲਰ ਕੰਟਰੀ ਹੋਏਗਾ, ਜਿਹੜੀਆਂ ਪੋਲੀਟੀਕਲ ਧਿਰਾਂ ਨੇ ਖਾਸ ਤੌਰ ਦੇ ਉੱਤੇ, ਉਦੋਂ ਬਾਅਦ ਆ ਕੇ ਜਦੋਂ ਪੰਜਾਬ ਦੀ ਮਿਲੀਟੈਸੀ ਤੋਂ ਬਾਅਦ ਤਾਂ ਪਾਰਟੀਆਂ ਦੇ ਲਈ ਇੱਕ ਇਹ ਜੋੜ ਵੀ ਦਿੱਤਾ ਗਿਆ ਖਾਸ ਤੌਰ ਦੇ ਉੱਤੇ, ਇੱਕ ਓਥ ਕਿ ਅਸੀਂ ਇਸ 'ਚ ਯਕੀਨ ਰੱਖਦੇ ਹਾਂ, ਸਾਡਾ ਮਤਲਬ ਧਰਮ ਨਿਰਪੱਖਤਾ ਦੇ ਨਾਲ ਉਹ ਭਰਨਾ ਪੈਂਦਾ ਜਦੋਂ ਵੀ ਜਿਹੜੇ ਜਿਹੜੀ ਪਾਰਟੀ ਵੀ ਰਜਿਸਟਰਡ ਹੁੰਦੀ ਹੈ, ਤੇ ਜਿਹੜੇ ਬੰਦੇ ਉਦੋਂ ਬਾਅਦ ਚੋਣ ਲੜਦੇ ਨੇ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਭਰਨਾ ਪੈਂਦਾ। ਪਰ ਸਾਡੇ ਮੇਰੇ ਖਿਆਲ ਵੈਸਟਰਨ ਜਿਹੜੀ ਸੈਕੂਲਰ ਧਾਰਨਾ ਹੈ ਉਹਦੇ ਵਾਂਗ ਨਹੀਂ ਹੈ। ਜੇ ਅਸੀਂ ਦੇਖੀਏ ਕੰਟਰੋਵਰਸੀ ਲਗਾਤਾਰ ਜਾਰੀ ਹੈ, ਅੱਜ ਪਹਿਲੇ ਵਾਰ ਨਹੀਂ ਹੋਈ। 1950 ਦੇ ਵਿੱਚ ਸਭ ਤੋਂ ਪਹਿਲਾਂ ਸੋਮਨਾਥ ਮੰਦਿਰ ਨੂੰ ਪਲਾ ਦੇ ਰੈਨੋਵੇਸ਼ਨ ਲਈ ਗ੍ਰਾਂਟ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਨਾਊਂਸ ਕੀਤੀ, ਇਹ ਅਲੱਗ ਗੱਲ ਹੈ ਕਿ ਉੱਥੇ ਗਏ ਨਹੀਂ ਸੀ ਉਸ ਮਾਮਲੇ ਦੇ ਵਿੱਚ, ਤੇ ਬਾਕੀ ਦੀਆਂ ਚੀਜ਼ਾਂ 'ਚ ਹੋਰ ਬੰਦੇ ਕਿਹਾ ਗਿਆ ਸੀ ਕਿ ਜੇ ਸੈਕੂਲਰ ਹੈ ਤਾਂ ਇਸ ਲੈਵਲ ਦੇ ਉੱਤੇ ਤੁਸੀਂ ਨਹੀਂ ਕਰਨਾ ਚਾਹੀਦਾ। ਔਰ ਹਰਿਦੁਆਰ, ਬਨਾਰਸ, ਕਾਸੀ, ਪਵਿੱਤਰ ਸਾਹਿਬ ਹੋਣਗੇ, ਇਹ ਸਾਡੇ ਗਵਰਨਮੈਂਟ ਨੇ ਡਿਸਾਈਡ ਕੀਤਾ। ਉਦੋਂ ਬਾਅਦ ਸਾਡੇ ਅੰਮ੍ਰਿਤਸਰ ਨੂੰ ਕਰੋ, ਬਾਕੀ ਨੂੰ ਕਰੋ, ਹੋਰਾਂ ਰਿਲੀਜਨ ਦੀ ਡਿਮਾਂਡ ਵੀ ਸਟਾਰਟ ਹੋਈ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ। ਤੁਸੀਂ ਜਦੋਂ ਇਨਵੋਲਵ ਹੁੰਦੇ ਹੋ, ਆ ਹੁਣ ਤਾਂ ਖਾਸ ਤੌਰ ਤੇ ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਹੋ ਰਿਹਾ, ਉਹ ਰਾਮ ਮੰਦਿਰ ਦਾ ਇੱਕ ਪੋਲੀਟੀਕਲ ਪਾਰਟੀ ਨੇ ਰੱਥ ਯਾਤਰਾ ਕੀਤੀ ਪਹਿਲਾਂ, ਫਿਰ ਰਾਮ ਮੰਦਿਰ ਅਸੀਂ ਬਣਾਵਾਂਗੇ ਪੋਲੀਟੀਕਲ ਗੋਲ ਦੇ ਤੌਰ ਤੇ ਇੱਕ ਸਲੋਗਨ ਦਿੱਤਾ। ਔਰ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਜਦੋਂ ਰਿਲੀਜਨ ਨਾਲ ਜੋੜ ਕੇ ਸਾਡੇ ਸਾਹਮਣੇ ਆਉਂਦੀਆਂ ਨੇ, ਤਾਂ ਇੱਕ ਮਲਟੀ ਰਿਲੀਜੀਅਸ ਕੰਟਰੀ ਜਿਹੜਾ ਹੁੰਦਾ ਵਨ ਸਵੰਨਤਾ ਦਾ, ਇਹ ਪ੍ਰਿੰਸੀਪਲੀ ਇਹ ਗੱਲ ਮੰਨੀ ਜਾਂਦੀ ਹੈ ਕਿ ਤੁਸੀਂ ਉੱਥੇ ਡੋਮੀਨੇਟ ਕਰ ਜਿੰਦੇ, ਜਿਵੇਂ ਪੰਜਾਬ 'ਚ ਸਿੱਖ ਮੈਜੋਰਿਟੀ ਹੈ, ਇੱਥੇ ਸਿੱਖੀ ਪਰ ਡੋਮੀਨੇਟ ਕਰ ਜਾਓਗੇ ਤੁਸੀਂ, ਜਿਹੜੀਆਂ ਪਾਰਟੀਆਂ ਵੋਟ ਜ਼ਿਆਦਾ ਚਾਹੀਦੀ ਹੁੰਦੀ ਹੈ, ਕਿਤੇ ਬਾਹਰ ਹਿੰਦੂ ਮਿਨੋਰਟੀ ਆ ਨੈਸ਼ਨਲ ਲੈਵਲ ਤੇ, ਉਹ ਉੱਧਰ ਨੂੰ ਡੋਮੀਨੇਟ, ਤਾਂ ਜਿਹੜੀ ਇੱਕ ਡੈਮੋਕ੍ਰੈਟਿਕ ਵੈਲਿਊ ਸਿਸਟਮ ਦਾ ਹੁੰਦਾ ਹੈ, ਤੇ ਇਸੇ ਤਰ੍ਹਾਂ ਸੈਕੂਲਰ ਕ੍ਰੈਡੈਂਸ਼ਲਸ ਜਿਹਨੂੰ ਕਿਹਾ ਜਾਂਦਾ, ਉੱਥੇ ਜ਼ਰੂਰ ਇੱਕ ਬੈਲੈਂਸ ਹਿਲਦਾ ਹੈ, ਮਤਲਬ ਕਿਸੇ ਨਾ ਕਿਸੇ ਟਾਈਪ ਦੇ ਸੰਤੁਲਨ ਦੀ ਗੱਲ ਉਸ ਲੈਵਲ ਤੇ ਹੁੰਦੀ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ 1925 ਤੇ ਬਾਅਦ, ਭਾਵੇਂ ਜਿਹੜੀ ਸੋ ਕਾਲਡ ਕਹੋ ਜਾਂ ਜਿਵੇਂ ਵੀ ਸੀ, ਠੀਕ ਸੈਕੂਲਰ ਪਾਰਟੀਆਂ ਕਹਿੰਦੀਆਂ ਰਹੀਆਂ ਨੇ ਸੈਕੂਲਰ, ਪਰ ਕਿਹਾ ਜਾਂਦਾ ਰਿਹਾ ਕਿ ਕਾਂਗਰਸ ਪਾਰਟੀ ਵੀ ਰੀਅਲ ਸੈਕੂਲਰ ਪਾਰਟੀ ਨਹੀਂ, ਉਹ ਸੌਫਟ ਹਿੰਦੂਤਵ ਦੇ ਏਜੰਡੇ ਤੇ ਚੱਲੀ, ਬੀਜੇਪੀ ਬਿਲਕੁਲ ਅਲਾਣੀਆਂ ਚੱਲੀ ਉਸ ਮਾਮਲੇ ਦੇ ਉੱਤੇ, ਔਰ ਉਹ 84 ਤੋਂ ਬਾਅਦ ਦੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਦਿਖਾਈ। ਪਰ ਕਿਤੇ ਨਾ ਕਿਤੇ ਉਹ ਦਖਲ ਸ਼੍ਰੋਮਣੀ ਕਮੇਟੀ ਦੇ ਮਾਮਲੇ 'ਚ ਰਿਹਾ ਉਹਨਾਂ ਦਾ ਵੀ, ਔਰ ਚਾਹੇ ਉਹ ਸਾਧ ਸੰਗਤ ਬੋਰਡ ਹੋਵੇ, ਚਾਹੇ ਉਹ ਕਿਸੇ ਹੋਰ ਨੂੰ ਸਪੋਰਟ ਕਰਨਾ ਹੋਵੇ, ਚਾਹੇ ਤੀਜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ, ਕਿ ਜਦੋਂ ਹੁਣ ਇੱਕ ਐਕਟ ਦੇ ਤਹਿਤ ਇੱਕ ਬਾਡੀ ਬਣੀ ਹੈ, ਤਾਂ ਇਹਦੇ 'ਚ ਨਾ ਇੱਕ ਕਨਫਿਊਜ਼ਨ ਹੈ ਬੜਾ ਵੱਡਾ। ਮੈਨੂੰ ਇਹ ਲੱਗਦਾ ਕਿ ਇੱਕ ਤਾਂ ਐਜ ਏ ਪਾਰਟੀ ਤੁਸੀਂ ਸੈਕੂਲਰ ਪਾਰਟੀ ਹੋ, ਪਰ ਤੁਹਾਡੀ ਸੈਕੂਲਰ ਪਾਰਟੀ ਨਾਲ ਜੁੜੇ ਹੋਏ ਇਸ ਫੇਥ ਦੇ ਬੰਦੇ ਵੀ ਨੇ, ਕੀ ਸੈਕੂਲਰਿਜ਼ਮ ਦੇ ਨਾਂ ਤੇ ਤੁਸੀਂ ਗੁਰਦੁਆਰਾ ਪ੍ਰਬੰਧਾਂ 'ਚ ਜਾਂ ਬਾਕੀ ਮਾਮਲਿਆਂ 'ਚ ਉਹਨਾਂ ਦਾ ਹੱਕ ਮਾਰ ਦਿਓਗੇ, ਫਿਰ ਵੀ ਤੁਸੀਂ ਸਾਡੇ ਨਾਲ ਜੁੜ ਗਏ, ਹੁਣ ਤੁਸੀਂ ਰਿਲੀਜਨ ਪਲੇ ਨਹੀਂ ਕਰ ਸਕਦੇ ਜਾਂ ਉਸ ਮਾਮਲੇ 'ਚ ਨਹੀਂ ਕਰ ਸਕਦੇ? ਜੇ ਉਹ ਰਿਲੀਜਨ ਪਲੇ ਕਰਦੇ ਨੇ ਤਾਂ ਉਹਨੂੰ ਕਹਿ ਰਹੇ ਨੇ ਕਿ ਤੁਸੀਂ ਹੁਣ ਫਿਰਕੂ ਹੋ ਗਏ ਹੋ ਸ਼ਾਇਦ। ਇਹ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਨੇ ਕਿ ਧਾਰਮਿਕ ਹੋਣ ਦਾ ਮਤਲਬ ਫਿਰਕੂ ਹੋਣਾ ਨਹੀਂ ਹੁੰਦਾ, ਜ਼ਰੂਰੀ ਨਹੀਂ ਕਿ ਤੁਸੀਂ ਧਰਮ ਨਿਰਪੱਖ ਨਹੀਂ ਰਹੇ ਜੇਕਰ ਤੁਸੀਂ ਧਾਰਮਿਕ ਬਿਰਤੀ ਦੇ ਜਾਓ। ਪਰ ਜਦੋਂ ਸਰਕਾਰਾਂ ਆਰਗੇਨਾਈਜ਼ਡ ਰੂਪ ਦੇ ਵਿੱਚ ਦਖਲ ਦੇਣ ਦੀ ਗੱਲ ਕਰਦੀਆਂ ਨੇ ਉਹ ਗੱਲ ਹੋਰ ਹੈ, ਨਿੱਜੀ ਗੱਲ ਹੋਰ ਆਉਂਦੀ ਹੈ, ਦੋ ਗੱਲਾਂ ਦਾ
ਵਖਰੇਵਾ ਜਿਹੜਾ ਉਹ ਕਰਨਾ ਪਏਗਾ। ਚਾਹੇ ਜ਼ਰੂਰਤ ਤੁਰੰਤ ਕਿਉਂ ਹੈ, ਮਤਲਬ ਭਗਵੰਤ ਮਾਨ ਸਰਕਾਰ ਨੂੰ ਕਿ ਉਹ ਵਾਰ ਵਾਰ ਇਹ ਕਹੇ ਕਿ ਗੁਰਬਾਣੀ ਜਾਣੀ ਚਾਹੀਦੀ ਹੈ ਇਹਦੇ ਚ। ਇਹਦੇ ਚ ਇੱਕ ਸਵਾਲ ਬੜਾ ਜ਼ਰੂਰੀ ਹੈ, ਜਦੋਂ ਤੁਸੀਂ ਗੱਲ ਛੇੜ ਹੀ ਦਿੱਤੀ ਹੈ ਤੇ ਇਹਨੂੰ ਮੈਂ ਟੱਚ ਕਰ ਦਿਓ ਕਿ ਜਦੋਂ ਅਕਾਲੀ ਸਰਕਾਰ ਸੀਗੀ ਉਹ ਵੀ ਪੂਰੀ ਤਰ੍ਹਾਂ ਦਖਲ ਦਿੰਦੀ ਹੈ, ਭਾਵੇਂ ਉਹ ਬਤੌਰ ਅਕਾਲੀ ਆਪਣੇ ਮੈਂਬਰਸ ਦੇ ਰਾਹੀਂ ਦਖਲ ਦਿੰਦੇ ਆ, ਬਾਦਲ ਸਾਹਿਬ ਦਾ ਆਮ ਲਿਫਾਫਾ ਕਲਚਰ ਦਾ ਰੌਲਾ ਪੈਂਦਾ ਰਿਹਾ ਔਰ ਉਹ ਉਦੋਂ ਉਸੇ ਵੇਲੇ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਆ ਕੇ ਪਾਰਟੀ ਪ੍ਰਧਾਨ ਦੇ ਰੂਪ ਦੇ ਵਿੱਚ ਭਾਈ ਗੁਰਦਾਸ ਹਾਲ ਦੇ ਵਿੱਚ ਮੈਂਬਰਾਂ ਨੂੰ ਸੁਣਨ ਤੋਂ ਬਾਅਦ ਫੈਸਲੇ ਵੀ ਕਰਦੇ ਨੇ, ਹੁਣ ਸੁਖਬੀਰ ਬਾਦਲ ਕਰਦੇ ਨੇ। ਹੁਣ ਇਹ ਟ੍ਰੈਡੀਸ਼ਨ ਉਸ ਪਾਰਟੀ ਨੇ ਜਿਹੜੀ ਇਲੈਕਸ਼ਨ ਲੜ ਰਹੀ ਹੈ ਤੇ ਲਗਾਤਾਰ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਦੇਖ ਰਹੀ ਹੈ, ਉਹਨੇ ਹੀ ਸ਼ੁਰੂ ਕੀਤੀ ਹੈ ਵੀ ਆਪਣੀ ਸਰਕਾਰ ਦੇ ਵਿੱਚ ਹੁੰਦਿਆਂ ਫੈਸਲੇ ਲੈਂਦੇ ਰਹੇ। ਹੁਣ ਇਹੀ ਕੋਸ਼ਿਸ਼ ਅਮਰਿੰਦਰ ਸਿੰਘ ਨੇ ਕੀਤੀ ਪਿਛਲੀ ਗਵਰਨਮੈਂਟ ਵੇਲੇ ਤੇ ਹੁਣ ਭਗਵੰਤ ਮਾਨ ਜਦੋਂ ਇਹੀ ਕੋਸ਼ਿਸ਼ ਕਰ ਰਿਹਾ, ਇਹਨੂੰ ਅਸੀਂ ਸਾਰਿਆਂ ਨੂੰ ਕਿਵੇਂ ਦੇਖੀਏ? ਜਦੋਂ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਮਤਾ ਲਿਆਵਾਂਗੇ, ਤੁਹਾਨੂੰ ਲੱਗਦਾ ਉਹ ਠੀਕ ਕਹਿ ਰਹੇ ਨੇ ਜਾਂ ਉਹ ਗਲਤ ਡਾਇਰੈਕਸ਼ਨ ਫੋਲੋ ਕਰ ਰਹੇ ਨੇ? ਇਹਦੇ ਚ ਮੈਨੂੰ ਲੱਗਦਾ ਕਿ ਅਕਾਲੀ ਦਲ ਤਾਂ ਇੱਕ ਸਮੇਂ ਤੱਕ ਪੰਥਕ ਹੋਣ ਦੀ ਆਪਣੇ ਆਪ ਦੀ ਦਾਅਵੇਦਾਰੀ ਕਿ ਅਸੀਂ ਪੰਥਕ ਨੁਮਾਇੰਦੇ ਹਾਂ ਤੇ ਅਸੀਂ ਇਸ ਲਈ ਕਹਿੰਦੇ ਹਾਂ ਸਾਡਾ ਮੀਰੀ ਪੀਰੀ ਦਾ ਸਿਧਾਂਤ ਅਸੀਂ ਤਾਂ ਦੋਨਾਂ ਨੂੰ ਰਲ ਲੈ ਕੇ ਚੱਲਾਂਗੇ, ਇਹ ਕਲੇਮ ਕਰਦਾ ਰਿਹਾ। ਬਾਕੀ ਤਰ੍ਹਾਂ ਇਹ ਕਲੇਮ ਨਹੀਂ ਸੀ ਕਰਦੀਆਂ, ਇਸੇ ਲਈ ਉਹ ਪ੍ਰੋਕਸੀ ਗੇਮ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀਆਂ ਸੀ। ਜਾਂ ਤਾਂ ਉਹ ਕਹਿੰਦੀਆਂ ਕਿ ਸਾਡੇ ਕਿਸੇ ਵੀ ਵਿੰਗ ਨੂੰ ਲੜਨ ਦਾ ਰਾਈਟ ਹੈ, ਜਿਹੜੇ ਉਸ ਕਮਿਊਨਿਟੀ ਚੋਂ ਸਾਡੇ ਮੈਂਬਰ ਆਉਂਦੇ ਨੇ, ਕਲੈਰਿਟੀ ਹੋਣੀ ਚਾਹੀਦੀ ਹੈ ਨਾ ਥੋਟ ਪ੍ਰੋਸੈਸ ਦੇ ਵਿੱਚ ਉਸ ਲੈਵਲ ਤੇ। ਇਹ ਠੀਕ ਗੱਲ ਹੈ ਕਿ ਫਿਰ ਜਿਵੇਂ ਜਿਵੇਂ ਅਕਾਲੀ ਦਲ ਪੰਥਕ ਵੀ ਨਹੀਂ ਰਿਹਾ ਤੇ ਬਾਕੀ ਚੀਜ਼ਾਂ ਵੀ ਨਹੀਂ ਕੀਤੀਆਂ, ਰੋਲ ਪੋਲੀਟੀਕਲ ਗੇਮ ਦੇ ਵਾਸਤੇ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਵਰਤਦੇ ਰਹੇ, ਉਸ ਤਰੀਕੇ ਨਾਲ ਗੱਲ ਕਰਨ ਲੱਗੇ, ਉਦੋਂ ਦਾ ਇਤਰਾਜ਼ ਅਕਾਲੀ ਦਲ ਤੇ ਜ਼ਿਆਦਾ ਉੱਠਣਾ ਸ਼ੁਰੂ ਹੋਇਆ ਕਿ ਤੁਸੀਂ ਅਸਲ ਚ ਆਪਣੀ ਕੇਵਲ ਕੁਰਸੀ ਔਰ ਉਸ ਗੇਮ ਦੇ ਵਾਸਤੇ ਰਿਲੀਜਨ ਨੂੰ ਵਰਤਦੇ ਹੋ। ਜਦਕਿ ਮੀਰੀ ਪੀਰੀ ਦਾ ਕੁੰਡਾ ਇਹਦੂ ਉਲਟ ਹੈ ਕਿ ਰਿਲੀਜਨ ਦਾ ਕੁੰਡਾ ਤੁਹਾਡੀ ਪੋਲਿਟਿਕਸ ਤੇ ਹੋਣਾ ਚਾਹੀਦਾ ਸੀ, ਜਿਹਦੇ ਨਾਲ ਉਹ ਵੈਲਿਊ ਬੇਸਡ ਰਹਿੰਦੀ, ਜਿਹਦੇ ਨਾਲ ਉਹ ਇੱਕ ਲੈਵਲ ਦੇ ਕੋਈ ਕਦਰਾਂ ਕੀਮਤਾਂ ਰੱਖ ਕੇ ਇੱਕ ਚੰਗਾ ਸਮਾਜ ਸਿਰਜਣ ਦਾ ਜਾਂ ਸਿੱਖ ਫਿਲਾਸਫੀ ਦੇ ਮੁਤਾਬਕ ਕੋਈ ਕਿਰਦਾਰ ਸਿਰਜਣ ਦਾ ਇੱਕ ਮਾਹੌਲ ਜਿਹੜਾ ਬਣਿਆ ਰਹਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਦ ਉਹਦੇ ਤੋਂ ਟੋਟਲ ਟਿਲਟ ਕਰਦੇ ਹੋ ਤਾਂ ਸਵਾਲ ਤਾਂ ਤੁਹਾਨੂੰ ਵੀ ਹੋਣਗੇ। ਖੇੜਾ ਸਾਹਿਬ ਨੇ, ਬਲਵੰਤ ਸਿੰਘ ਖੇੜਾ ਨੇ ਇਹ ਦੋ ਮੁਕੱਦਮੇ ਵੀ ਕੀਤੇ ਸੀਗੇ, ਦੋ ਅਜੇ ਤਾਂ ਇੱਕ ਤਾਂ ਹੈਗਾ ਵੀ ਹੈ ਜਿਹੜਾ ਪਿਆ, ਜਿਹੜਾ ਦੋ ਸੰਵਿਧਾਨਾਂ ਦਾ ਕਿ ਇੱਕ ਸੰਵਿਧਾਨ ਸੈਕੂਲਰ ਦਿੱਤਾ ਹੋਇਆ ਤੇ ਦੂਜਾ ਸੰਵਿਧਾਨ ਉਹ ਦੂਜਾ ਦਿੱਤਾ, ਇਹ ਸਵਾਲ ਤਾਂ ਹੀ ਉੱਠਦੇ ਨੇ ਨਾ, ਇਹਨਾਂ ਗੱਲਾਂ ਦੇ ਵਿੱਚੋਂ ਹੀ ਆਏ ਨੇ ਉਸ ਲੈਵਲ ਤੇ। ਮੈਨੂੰ ਲੱਗਦਾ ਪਾਰਟੀਆਂ ਕੀ ਕਰਦੀਆਂ ਨੇ ਇੱਕ ਅਲੱਗ ਗੱਲ ਹੈ, ਫਿਰ ਵੀ ਗੌਰਮੈਂਟ ਐਜ ਏ ਸਟੇਟ, ਸਟੇਟ ਦਾ ਹਿੱਸਾ ਐਜ ਏ ਗੌਰਮੈਂਟ, ਉਹ ਕਿਸੇ ਵੀ ਰਿਲੀਜਨ ਨੂੰ ਉਸ ਢੰਗ ਨਾਲ ਇੰਟਰਵੀਨ ਕਰਦੀ ਹੈ ਚਾਹੇ ਮਾਮਲੇ ਚ। ਔਰ ਅਕਾਲੀ ਦਲ ਇੱਕ ਹੋਰ ਚੀਜ਼ ਸੀ, ਜੇ ਅਕਾਲੀ ਦਲ ਐਜ ਏ ਗੌਰਮੈਂਟ ਜਦੋਂ ਤੁਸੀਂ ਆ ਜਾਂਦੇ ਹੋ, ਜੇ ਇੱਕ ਪਾਰਟੀਕੁਲਰ ਰਿਲੀਜਨ ਦੀ ਗੇਮ ਪਲੇ ਕਰੋਗੇ ਤਾਂ ਤੁਸੀਂ ਇੱਕ ਉਹਦੇ ਕਾਂਸਟੀਟਿਊਸ਼ਨਲੀ ਉਸ ਢਾਂਚੇ ਨੂੰ, ਇਸ ਫਰੇਮਵਰਕ ਨੂੰ ਇਹਦਾ ਮਤਲਬ ਫੋਲੋ ਨਹੀਂ ਕਰ ਰਹੇ ਕਿਸੇ ਪ੍ਰੋਪਰ ਤਰੀਕੇ ਨਾਲ। ਇਸੇ ਤਰ੍ਹਾਂ ਜੇ ਬੀਜੇਪੀ ਹਿੰਦੂਤਵ ਦਾ ਏਜੰਡਾ ਫਰੇਮ ਉਸ ਲੈਵਲ ਤੇ ਕਰ ਰਹੀ ਹੈ, ਲੋਕ ਕਿਉਂ ਕਹਿ ਰਹੇ ਨੇ ਉਹਨੂੰ ਕਿ ਹਿੰਦੂਤਵ ਦਾ ਏਜੰਡਾ ਕਾਂਸਟੀਟਿਊਸ਼ਨ ਦੇ ਖਿਲਾਫ ਹੈ, ਤੁਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਸੈਕੂਲਰ ਕੰਟਰੀ ਦੇ ਵਿੱਚ ਇਸ ਲੈਵਲ ਦੇ ਉੱਤੇ ਹੈ। ਜਦੋਂ ਗੌਰਮੈਂਟ ਉਹ ਚੀਜ਼ਾਂ ਕਰਨ ਲੱਗਦੀ ਹੈ ਉਦੋਂ ਜ਼ਿਆਦਾ ਰੌਲਾ ਪੈਂਦਾ ਔਰ ਜ਼ਿਆਦਾ ਸੰਭਾਵਨਾ ਇਹ ਹੁੰਦੀ ਹੈ ਕਿ ਤੁਸੀਂ ਇੱਕੋ ਅੱਖ ਨਾਲ ਜਦੋਂ ਚੁਣੇ ਗਏ ਹੋ ਸਭ ਨੂੰ ਨਹੀਂ ਦੇਖ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਾਰਟੀ ਦਾ ਇੱਕ ਰਾਈਟ ਆ, ਉਹ ਆਪਣੇ ਤਰੀਕੇ ਨਾਲ ਕਰਦੀ ਵੀ ਰਹਿੰਦੀ ਹੈ ਕਿਸੇ ਨਾ ਕਿਸੇ ਤੋਂ, ਉਹ ਮਤਲਬ ਜੇ ਸੱਤਾ ਉਹਨੂੰ ਪਾਵਰ ਨਹੀਂ ਦਿੱਤੀ ਲੋਕਾਂ ਨੇ ਕਿ ਤੁਹਾਨੂੰ ਇੱਕ ਸਮੁੱਚਾ ਪ੍ਰਬੰਧ ਚਲਾਉਣ ਦੇ ਵਾਸਤੇ। ਇਸ ਲਈ ਭਗਵੰਤ ਮਾਨ ਐਜ ਏ ਗੌਰਮੈਂਟ ਜਦੋਂ ਤੁਸੀਂ ਇਹ ਕੋਈ ਚੀਜ਼ ਕਰਦੇ ਹੋ ਕਿਸੇ ਮਾਮਲੇ ਦੇ ਵਿੱਚ, ਤਾਂ ਉਸੇ ਦਲੀਲ ਨਾਲ ਭਗਵੰਤ ਮਾਨ ਦੀ ਸਰਕਾਰ ਨੂੰ ਦੇਖਿਆ ਜਾਏਗਾ ਫਿਰ ਕਿ ਤੁਸੀਂ ਵੀ ਇਹਦਾ ਮਤਲਬ ਰਿਲੀਜੀਅਸ ਗੇਮ ਪਲੇ ਕਰਨ ਦੇ ਰਸਤੇ ਤੇ ਆਏ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਵੈਸੇ ਤਾਂ ਤੁਸੀਂ ਦੇਖੋ ਕਿ ਭਗਵੰਤ ਮਾਨ ਹੋਵੇ ਜਾਂ ਭਗਵੰਤ ਮਾਨ ਦੀ ਸਰਕਾਰ ਦੇ ਕਿੰਨੇ ਹੋਰ ਬੰਦੇ, ਉਹ ਨਾਲ ਸਿੱਖ ਵੀ ਨਹੀਂ ਲਾਉਂਦੇ, ਉਹਨਾਂ ਦਾ ਇਹਦੇ ਨਾਲ ਕੋਈ ਨਹੀਂ, ਸਿੱਖ ਫਿਲਾਸਫੀ ਦਾ ਬਹੁਤ ਜ਼ਿਆਦਾ ਉਹਨਾਂ ਦਾ ਕਦੇ ਨਹੀਂ ਦਿਮਾਗ ਰੋਲ ਪਲੇ ਹੋਇਆ। ਉਹ ਡਾਕਟਰ ਅੰਬੇਦਕਰ ਤੇ ਭਗਤ ਸਿੰਘ ਦੀ ਫੋਟੋ ਪਿੱਛੇ ਲਾਉਂਦੇ ਨੇ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਨਹੀਂ ਲਾਉਂਦੇ, ਐ ਜੇ ਰਾਜ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਉਸ ਸਟ੍ਰੀਮ ਚੋਂ ਆਏ ਲੋਕ ਨੇ। ਇਹਦਾ ਮਤਲਬ ਅੰਦਰੋਂ ਤਾਂ ਤੁਸੀਂ ਉਹਨੂੰ ਫੋਲੋ ਨਹੀਂ ਨਾ ਕਰ ਰਹੇ ਉਸ ਗੱਲ ਨੂੰ, ਜੇ ਤੁਸੀਂ ਇੱਕ ਸਟ੍ਰੀਮ ਨੂੰ ਫੋਲੋ ਕਰਦੇ ਹੁੰਦੇ ਤਾਂ ਮੰਨਿਆ ਜਾਂਦਾ ਕਿ ਤੁਸੀਂ ਹਾਂ ਇਸ ਪੱਧਰ ਦੇ ਉੱਤੇ ਗੱਲ ਕੋਈ ਕਰ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਜਦੋਂ ਤੁਸੀਂ ਉਹ ਭਗਤ ਸਿੰਘ ਸਿੰਬਲ ਕੀ ਹੁੰਦਾ, ਭਗਤ ਸਿੰਘ ਸਿੰਬਲ ਐਜ ਏ ਸੈਕੂਲਰ ਪੋਲੀਟਿਕਸ ਦਾ ਤੇ ਇਨਕਲਾਬ ਦਾ, ਇਨਕਲਾਬ ਭਗਵੰਤ ਮਾਨ ਜਦੋਂ ਵੀ ਕੋਈ ਥੋੜਾ ਜਿਹਾ ਟਵੀਟ ਪੜ੍ਹਦੇ ਨੇ, ਵੀਡੀਓ ਆਉਂਦੀ ਹੈ, ਲਾਸਟ ਚ ਉਹਦਾ ਸਲੋਗਨ ਕੀ ਹੁੰਦਾ, ਇਨਕਲਾਬ ਜਿੰਦਾਬਾਦ, ਇੱਥੇ ਬੰਦ ਕਰਦੇ ਨੇ ਉਹ, ਕਦੇ ਬਾਕੀ ਗੱਲ ਤੇ ਤਾਂ ਨਹੀਂ ਬੰਦ ਕਰਦੇ। ਇੱਕ ਕਲਚਰਲ ਸਿਸਟਮ ਵੀ ਤਾਂ, ਵੈਲਿਊ ਸਿਸਟਮ ਵੀ ਤਾਂ ਹੁੰਦਾ ਨਾ, ਜਿਹੜਾ ਤੁਸੀਂ ਨਿੱਜੀ ਤੋਂ ਲੈ ਕੇ ਸਮੂਹਿਕ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਉਹ ਕਰਦੇ ਹੋ, ਤਾਂ ਇਹ ਨਰੋਲ ਪੋਲੀਟੀਕਲ ਮਾਮਲਾ ਫਿਰ ਇਹਦਾ ਮਤਲਬ। ਇਟ ਮੀਨਸ ਜਦੋਂ ਤੁਸੀਂ ਉਹ ਰੂਲ ਨੂੰ ਫੋਲੋ ਨਹੀਂ ਕਰ ਰਹੇ ਤਾਂ ਇੱਕ ਪੋਲੀਟੀਕਲ ਦਿਮਾਗ ਦਾ, ਇੱਕ ਪੋਲੀਟੀਕਲ ਮਤਲਬ ਸੋਚਣ ਦਾ ਇੱਕ ਨਜ਼ਰੀਆ ਹੈ ਫਿਰ ਇਹ, ਕਿ ਇਹ ਕਿਉਂ ਨੇ ਅਸੀਂ ਕਰਾਂਗੇ ਉਸ ਸਾਰੇ ਮਾਮਲੇ ਦੇ ਵਿੱਚ, ਕਿਉਂਕਿ ਸੈਂਟੀਮੈਂਟਲ ਇਸ਼ੂ ਹੈ। ਅਕਾਲੀ ਦਲ
जथेदार अकाल तख्त की गल भी श्रोमणी कमेटी नहीं मान रही, जिन्हें कहा तुसी अपना चैनल चलाओ और एक चैनल नू इन्ना चिर दा तुसी एक राइट दिता होया, तुसी उन्हूं डेमोक्रेटिकली ठीक ढंग नाल प्ले नहीं कर खेड नहीं कर रहे, तां तुहाडे च इंटरवेंशन बाहरों हो रही है, फिर तुसी तकलीफ मानते हो कि यह क्यों कर रहे हो, साडा ही एक राइट है। ये मामले वैसे श्रोमणी गुरुद्वारा प्रबंधक कमेटी ते जथेदार अकाल तख्त दे विच ही होने चाहिए सी, यानी हरप्रीत सिंह ने तो दो बार तीन बार कह के हट के श्रोमणी कमेटी ने नहीं फॉलो किया उस सारे मामले नू किसी भी रूप दे विच प्रैक्टिकली जिहड़ा चल रहा सी, तां इहदे च आ रहा है। तो हुण जदों इह लैके आउणगे तां नॉर्मली तां तुसीं देखो कि साडे ना कोई भी सरकारी पैसा सीधे तरीके दे नाल धार्मिक खेत्र च खर्च नहीं करना जी, कहिंदे ने इह तां खजाने दा पैसा वैसे तां, क्योंकि वह फिर एक विशेष धर्म का हो जू। वोटा के गुरुद्वारा च मंदिरों च मस्जिदों च कोड ऑफ कंडक्ट लगे होंगे, तुम मीटिंग नहीं कर सकते, रैली नहीं कर सकती, पोलीटिकल पार्टियां करोगे तो कोर्ट की वायलेशन मनी जाती है, साढ़े सामने है तो वह रूल साढ़े लागू होंगे कानून के तौर के उत्ते। और इसे तरीके जिहड़ियां चीजां तुहाडे तो बाकी कई जान के तुम किवें जाते हो, हालांकि करते ने अपने। और हुण जदों गवर्नमेंट लिआउंदी है कोई रेजुलेशन, रेजुलेशन का मतलब केवल इन्ना है कि असी जेडे 117 बंदे ने जे सर्वसम्मति नाल करदे ने, जां जिन्ने 92 बंदे ने दूजे नहीं करदे ओह करदे ने, तो कहिंदे इलेक्टेड बिल है लोकां दी, सानू ताकत दित्ती है, असी उहनां दी ताकत दी वाहक बन के उत्थे इक रेजुलेशन लियाउंदे आ। इट मीन जे पंजाब दे लोकां दा सेंटीमेंट आ, असी इह दिखाउणा चाहुंदे आ असल दे विच, जदकि उह वोट तुहानू इहनां नामां ते नहीं दित्ती, वह वोट इन्हों गल एजेंडे का हिस्सा से, यह मैनीफेस्टो का हिस्सा से, यह बाकी गल्ला सोशल कॉन्ट्रैक्ट है स्टेट नाल वोटर का, यह हिस्सा से नहीं सी हिस्सा, यह तुम बाद च कर रहे हो। जिहड़ा यह है ना भी मैं 3 करोड़ लोगों का नुमाइंदा, उधर मोदी साहब 140 करोड़ के, वह लिमिटेड फ्रेमवर्क च नुमाइंदे हो तुसी, तुहानू सब कुछ रौन देण दा राइट नहीं किसी ने दिता, तुसी 5 साल तो 5 साल दोबारा जाना लोगों को, इसलिए दवा लैके चले जाओ, नवा लैके जाओगे उदू बाद लोग वोट देंगे ने, तुसी वो कर लियो, तुसी हर गल विच लोगों के नाते नहीं कर सकते होंगे उस सारे मामले दे विच, और ना शायद वो 92 नूं ही पता होवे जिन्हां दे नाते तुसी करोगे, लोगों ने तो छड़ो जिन्होंने वोट पाई है उस पंदर दे उत्ते। ये मैं लगता पोलीटिकल स्कोर का क्वेश्चन है, अकाली दल डिमोरलाइज है, वह पंथक एजेंडा अपना छड़ चुके हैं, श्रोमणी कमेटी अपना चैनल खोलने लिए तैयार नहीं, तो उन्होंने सारे मामलों के टैक्नीकली जिवें सरदार जगतार सिंह उन्होंने कहा कि हालांकि किसे लाच अमेंड किते बिना किसे चुनी हुई बॉडी की रिजर्वेशन तब्दील हो सकती है, इलीगल काम चल रहा है सारा, केवल एग्जैक्टिव ऑर्डर के नाल दलित भाईचारे की रिजर्वेशन श्रोमणी कमेटी जिते वूमेन की रिजर्वेशन, तो गवर्नमेंट ऑफ इंडिया ते स्टेट गवर्नमेंट ते SGPC की सारे का मिलया हुआ एक कंसेंसस है ना, तो फिर पार्लीमेंट च ला अमेंड क्यों नहीं कराया, जेकर तुम यही करते थे, जिनी भी रिजर्वेशन साढ़े चल रही है साढ़े इस कंट्री च वैसे, चाहे वह पोलीटिकल रिजर्वेशन है चाहे वह दूजी, वह अकॉर्डिंग टू अंडर द लॉ है, कानून बनता है वह, कानून डिसाइड करता वह चीजा जिहड़ियां मर्जी ने, और जे रिजर्वेशन च वाधा घाटा कर दो तां भी लॉ अमेंड हुंदा है, नवा लॉ लिआउंदियां ने स्टेटां नवे फलाने भाईचारे नूं देता, सुप्रीम कोर्ट उहनूं रद्द करदी है कि 50% तों वध नहीं होना चाहिए, इसलिए ओवरऑल पैराफर्नेलिया नूं जिहड़ा साडे बणिया होइआ तुसीं उहनूं डेंट पाउंदे हो जदों जाके, तां मेरा ख्याल है रीयल इशूज की बजाय दूजे इशूज नूं ज्यादा लैके चलते हो, तो जेडे मतलब एडवाइसेबल नहीं होंगे उस पंदर के उत्ते जो आम लोग ने मेरा ख्याल है, और ला तुहाडे पक्ष च नहीं होएगा उस पंदर के उत्ते, चोर मोरियां होंदियां ने जिन्ने तक चला जाएगा जो बाकी कोर्टा की करनगियां, साडा पॉलिटिशियन ये देखदा देखी जाऊगी। अच्छा सरदार जगतार सिंह जी, इहदा मतलब है पॉपुलर पॉलिटिक्स है, आपां मोटे तौर ते जे इहनूं देखिए कि जे भगवंत मान ये देख रहे हैं कि लोगों के मन इस इशू के उत्ते काफ़ी रोस आ, और श्रोमणी कमेटी के इस एक्ट के खिलाफ लोग बोलते हैं, सोशल मीडिया उबल पैंदा जदों गल हुंदी है, जदों ज्ञानी हरप्रीत सिंह ने बतौर कार्यकारी जथेदार ये मामला उठाया सी, उन्होंने बड़ी समर्थन मिलिया सीगा, उस तो बाद लोग पुछते भी रहे भी तुसीं कित्थे चले गए जी, दोबारा तुसीं हफ्ते वाला तुहाडा समा ही नहीं आया, साल साल बीत जाते, तो इहदा मतलब है कि ये पॉपुलर पॉलिटिक्स है, और वह लोगों की वाह वाह ये खट्टे ये श्रोमणी कमेटी को फिर डिफेंसिव होना पेगा। यदा मतलब है कि पापूलर पॉलिटिक्स से चलद जे श्रोमणी कमेटी ए विरोध भी करती है तो कह सकती है कि तुम हक नहीं रखते दे, दखल देन का, पर नाल दी नाल मॉरल प्रैशर भी तो रहेगा ना कि लोगों की मंग है तो असं इतने कन नहीं धर रहे,
और ये नाल नाल अकाली दल नूं भी डिफेंसिव होना पवेगा भावें वह नज़र हम बराबर आउणगे। पर मैनू ये थोड़ी जी कलैरिटी जरूर कर दिओ कि मुख्यमंत्री जिन्ना क उन्होंने माइलेज पोलिटिकल चाहिए वह मिल जाऊगी ये जिस तरह का लोगों का मन बनिया होया चीज़ों को लैके। ਪਹਿਲਾਂ ਕਾਫੀ ਲੰਬੀ ਗੱਲ ਕਰ ਲਈ ਤੇ ਕਈ ਐਸਪੈਕਟ ਲੈ ਲਏ ਉਹਦੇ ਵਿੱਚੋਂ ਇੱਕ ਐਸਪੈਕਟ ਮੈਂ ਸਿਰਫ ਟੱਚ ਕਰੂੰਗਾ। ਐਸਜੀਪੀਸੀ ਦੀ ਇਲੈਕਸ਼ਨ ਕਦੋਂ ਨੂੰ ਲਈ? ਇਹ ਅੰਡਰ ਦੀ ਐਕਟ ਹੈ, ਸੰਵਿਧਾਨਿਕ ਬਾਡੀ ਹੈ, ਜਿਹੜੀ ਬਾਡੀ ਸੰਵਿਧਾਨਿਕ ਹੈ ਉਹਦੀ ਇਲੈਕਸ਼ਨ ਕਮਿਊਨਲ ਕਿਵੇਂ ਹੋ ਸਕਦੀ ਹੈ? ਧਾਰਮਿਕ ਬਾਡੀ ਹੈ, ਅੰਡਰ ਦੀ ਐਕਟ ਹੈ, ਆਪਾਂ ਇਹਨੂੰ ਕਮਿਊਨਲ ਵਰਸਿਸ ਸੈਕੂਲਰ ਦੇ ਨਾਲ ਜਿਹੜਾ ਨੈਰੇਟਿਵ ਹੈ ਉਹਦੇ ਨਾਲ ਨਹੀਂ ਜੋੜ ਸਕਦੇ, ਪਹਿਲੀ ਗੱਲ ਇਹ ਹੈ। ਦੂਜੀ, ਇਹ ਹਰ ਪਾਰਟੀ ਨੂੰ ਇਹਦੀ ਹਰ ਸਿੱਖ ਨੂੰ ਇਹ ਇਲੈਕਸ਼ਨ ਲੜਨ ਦਾ ਰਾਈਟ ਹੈ। ਵੋਟਰ ਦੀ ਕੁਆਲੀਫਿਕੇਸ਼ਨ ਡਿਫਾਈਂਡ ਹੈ, ਜਿਹੜਾ ਵੋਟਰ ਹੈ ਉਹ ਕੈਂਡੀਡੇਟ ਵੀ ਬਣ ਸਕਦਾ ਹੈ। ਨੰਬਰ ਦੋ, ਨੰਬਰ ਤਿੰਨ, ਅਕਾਲੀ ਦਲ ਦਾ ਰਾਈਟ ਕਿਉਂ ਹੈ? ਇਹ ਸ਼ੁਰੂ ਤੋਂ ਅਕਾਲੀ ਦਲ ਨੇ ਇੱਕ ਬਹੁਤ ਵੱਡੀ ਲੜਾਈ ਲੜੀ। ਪਹਿਲਾਂ ਐਸ ਜੀ ਪੀ ਸੀ 1920 ਦੇ ਵਿੱਚ ਪ੍ਰਾਈਵੇਟ ਬਾਡੀ ਸਿੱਖ ਨੁਮਾਇੰਦਿਆਂ ਨੇ ਬਣਾਈ ਸੀ। ਉਹਨਾਂ ਹੀ ਨੁਮਾਇੰਦਿਆਂ ਨੇ ਅੱਗੇ 14 ਦਸੰਬਰ ਨੂੰ, 15 ਨਵੰਬਰ ਨੂੰ ਐਸ ਜੀ ਪੀ ਸੀ ਬਣਾਈ ਪ੍ਰਾਈਵੇਟ ਬਾਡੀ, 14 ਦਸੰਬਰ ਨੂੰ ਉਹਦੀ ਵਲੰਟੀਅਰ ਫੋਰਸ ਅਕਾਲੀ ਦਲ ਬਣਾਇਆ ਸੰਘਰਸ਼ ਕਰਨ ਵਾਸਤੇ। ਇਹ ਜਿੰਨਾ ਸੰਘਰਸ਼ ਹੈ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ, ਉਹ ਸਿੱਖਾਂ ਨੇ ਅਕਾਲੀ ਦਲ ਦੇ ਬੈਨਰ ਦੇ ਥੱਲੇ ਅਤੇ ਐਸ ਜੀ ਪੀ ਸੀ ਦੇ ਬੈਨਰ ਦੇ ਥੱਲੇ ਲੜਿਆ ਹੋਇਆ। ਇਸ ਕਰਕੇ ਉਹਨਾਂ ਦਾ ਰਾਈਟ ਜਿਹੜੀ ਲਗਾਤਾਰ ਹੈ ਇਸ ਕਰਕੇ ਹੈ। ਇਹ ਨਹੀਂ ਕਿ ਹੋਰ ਕੋਈ ਇਲੈਕਸ਼ਨ ਲੜ ਨਹੀਂ ਸਕਦਾ, ਲੜੇ ਲੋਕ ਜਿੰਨੇ ਕਪੈਸਿਟੀ ਸੀ, ਈਵਨ ਕਮਿਊਨਿਸਟ ਵੀ ਲੜੇ ਪੋਸਟ ਪਾਰਟੀਸ਼ਨ। ਤੁਸੀਂ ਚੱਕੋ ਆਪਣੀ ਇਲੈਕਸ਼ਨ, ਉਹਦੇ ਤੁਹਾਡੇ ਕਮਿਊਨਿਸਟ ਮੈਂਬਰ ਜਨਰਲ ਹਾਊਸ ਦੇ ਹੈਗੇ, ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ। ਲੇਕਿਨ ਰਾਈਟ ਅਕਾਲੀ ਦਲ ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਗੁਰਦੁਆਰੇ ਤਹਿਰੀਕ ਦੇ ਵਿੱਚ, ਗੁਰਦੁਆਰੇ ਆਜ਼ਾਦ ਕਰਾਉਣ ਦੇ ਵਿੱਚ, ਇਸ ਕਰਕੇ ਉਹਨਾਂ ਦੀ ਇਹ ਤੇ ਮੋਨੋਪੋਲੀ ਰਹੀ ਹੈ। ਸੋ ਇਹ ਇਸ਼ੂ ਸੈਕੂਲਰ ਵਰਸਿਸ ਰਿਲੀਜੀਅਸ ਨਹੀਂ ਹੈ, ਉਸ ਐਂਗਲ 'ਚ ਨਾ ਦੇਖਿਆ ਜਾਵੇ ਕਿਉਂਕਿ ਇਹ ਸੰਵਿਧਾਨਿਕ ਬਾਡੀ ਹੈ। ਦੂਜੀ ਗੱਲ, ਬੇਸਿਕ ਇਸ਼ੂ ਹੈ ਕਿ ਕੀ ਇਹਨੂੰ ਆਪਾਂ ਜਿਹੜਾ ਰਾਈਟ ਹੈ ਟੈਲੀਕਾਸਟ ਦਾ, ਇਹ ਕਿਸ ਨਜ਼ਰੀਏ ਤੋਂ ਲਿਆ ਜਾਣਾ? ਮੈਂ ਇਹ ਥੋੜ੍ਹੀ ਜਿਹੀ ਪਹਿਲਾਂ ਬੈਕਗਰਾਊਂਡ ਦੀ ਵਿਆਖਿਆ ਕਰ ਦਿਆਂ। ਮੈਂ ਇੱਕ ਗੱਲ ਹੋਰ ਨਾਲ ਪਹਿਲਾਂ ਕਹਿ ਕੇ ਫਿਰ ਗੱਲ ਸ਼ੁਰੂ ਕਰੂੰਗਾ। ਇਹ ਜਿਹੜੇ ਟੈਲੀਕਾਸਟ ਹੈ, ਇਹ ਗਵਰਨੈਂਸ ਇਸ਼ੂ ਹੈ ਐਸ ਜੀ ਪੀ ਸੀ ਦਾ। ਇਹਦੇ ਵਿੱਚ ਮੈਨੂੰ ਕਹਿਣਾ ਪੈਂਦਾ ਕਿ ਜਥੇਦਾਰ ਅਕਾਲ ਤਖ਼ਤ ਦਾ ਦਖਲ ਦੇਣ ਦਾ ਕੋਈ ਰਾਈਟ ਨਹੀਂ। ਜੇ ਇਸ ਤਰ੍ਹਾਂ ਜਥੇਦਾਰ ਐਸ ਜੀ ਪੀ ਸੀ ਦੀ ਗਵਰਨੈਂਸ ਦੇ ਵਿੱਚ ਰਾਈਟ ਦੇਣ ਲੱਗ ਪਿਆ ਹੈ ਤਾਂ ਫਿਰ ਤਾਂ ਇਸ਼ੂ ਹੋਰ ਪਾਸੇ ਤੁਰ ਜਾਂਦਾ, ਇਹਨਾਂ ਦਾ ਰਾਈਟ ਕੋਈ ਨਹੀਂ। ਗਵਰਨੈਂਸ ਇਸ਼ੂ ਹੈ, ਇਹ ਐਸ ਜੀ ਪੀ ਸੀ ਨੇ ਦੇਖਣਾ ਕਿ ਇਹਨਾਂ ਨੇ ਆਪਣੇ ਗੁਰਦੁਆਰੇ ਕਿਵੇਂ ਮੈਨੇਜ ਕਰਨੇ, ਅਕਾਲ ਤਖ਼ਤ ਕਿਵੇਂ ਮੈਨੇਜ ਕਰਨਾ। ਮੈਨੂੰ ਜੇ ਅਕਾਲ ਤਖ਼ਤ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਕਿਸੇ ਮਾਮਲੇ ਚ ਆਉਣ ਤਾਂ ਫਿਰ ਵੀ ਉਹਨੂੰ ਹੱਕ ਨਹੀਂ, ਜੇ ਕਿਉਂਕਿ ਸੁਪਰੀਮ ਬਾਡੀ ਤਾਂ ਹੀ ਮੰਨਿਆ ਜਾਂਦਾ ਨਾ ਕਿ ਉਹ ਕਿਸੇ ਵੀ ਸਿੱਖ ਮਾਮਲੇ ਨੇ। ਨਹੀਂ, ਸੁਪਰੀਮ ਬਾਡੀ ਹੈ ਕੀ? ਉਹ ਇਹ ਸ਼ਿਕਾਇਤਾਂ, ਇਹ ਕੋਰਟ ਨਹੀਂ ਹੈ ਕਿ ਹਰ ਬੰਦਾ ਜਾਂ ਥਾਣਾ ਨਹੀਂ ਹੈ। ਈਵਨ ਅੱਗੇ ਹੋਇਆ ਹੈ ਇਤਿਹਾਸ, ਅਸੀਂ ਇਸ ਲੈਵਲ ਤੇ ਰਿਡਿਊਸ ਕਰਤਾ ਕਿ ਰੇਪ ਦੀਆਂ ਸ਼ਿਕਾਇਤਾਂ ਵੀ ਅਕਾਲ ਤਖ਼ਤ ਤੇ ਗਈਆਂ ਹੋਈਆਂ। ਹਾਂਜੀ, ਮੈਂ ਡਿਨਾਈ ਨਹੀਂ ਕਰਦਾ। ਇਹ ਇੱਕ ਪਾਸੇ ਕਹਿੰਦੇ ਵੀ ਸਾਡਾ ਸਿੱਖ ਸੋਵਰਨ ਸਾਵਰਨ ਇੰਸਟੀਟਿਊਸ਼ਨ ਹੈ ਤੇ ਉਹਨੂੰ ਤੁਸੀਂ ਥਾਣੇ ਤੇ ਲੈ ਕੇ ਰਿਡਿਊਸ ਕਰਤਾ, ਮੈਂ ਇਹਦੇ ਨਾਲ ਸਹਿਮਤ ਹੀ ਨਹੀਂ। ਇਹ ਸ਼ਿਕਾਇਤਾਂ ਜਾਣ ਤੇ, ਸ਼ਿਕਾਇਤਾਂ ਜਾਣੀਆਂ ਤਾਂ ਐਸ ਜੀ ਪੀ ਸੀ ਦੇ ਕੋਲ ਜਾ, ਹਰ ਇੱਕ ਨੂੰ ਰਾਈਟ ਹੈ ਸ਼ਿਕਾਇਤ ਕਰਨ ਦਾ, ਉੱਥੇ ਡੈਮੋਨਸਟ੍ਰੇਸ਼ਨ ਕਰਨ ਦਾ। ਮੈਂ ਅੱਗੇ ਵੀ ਚੱਲਦਾ, ਅਕਾਲ ਤਖ਼ਤ ਦੇ ਸਾਹਮਣੇ ਡੈਮੋਨਸਟ੍ਰੇਸ਼ਨ ਹੋ ਸਕਦੀ ਹੈ ਕਿਉਂਕਿ ਅਕਾਲ ਤਖ਼ਤ ਤਾਂ ਬਣੇ ਇਹਨਾਂ ਕੰਮਾਂ ਵਾਸਤੇ ਹੈ, ਉਹ ਸਾਰਾ ਕੁਝ ਠੀਕ ਹੈ। ਹੁਣ ਇਹਦੀ ਬੈਕਗਰਾਊਂਡ ਕੀ ਹੈ ਟੈਲੀਕਾਸਟ ਦੀ? ਪਹਿਲਾਂ ਬ੍ਰੌਡਕਾਸਟ ਦੀ ਸੀਗੀ, ਕਿਸੇ ਵੇਲੇ ਪੋਸਟ ਐਮਰਜੈਂਸੀ ਲਾਈਵ ਟੈਲੀਕਾਸਟ, ਲਾਈਵ ਬ੍ਰੌਡਕਾਸਟ, ਉਦੋਂ ਆਲ ਇੰਡੀਆ ਰੇਡੀਓ ਹੁੰਦਾ ਸੀ ਕਿ ਜਲੰਧਰ ਰੇਡੀਓ ਸਟੇਸ਼ਨ ਤੋਂ 2 ਘੰਟੇ ਸਵੇਰੇ 2 ਘੰਟੇ ਸ਼ਾਮ ਲਾਈਵ ਕੀਰਤਨ ਇਹ ਬ੍ਰੌਡਕਾਸਟ ਕੀਤਾ ਜਾਵੇ। ਇਕਵਿਪਮੈਂਟ ਦਾ ਖਰਚਾ ਸ਼ੁਰੂ ਦੇ ਵਿੱਚ ਆਫਰ ਕੀਤੀ ਸੀਗੀ ਗੰਗਾ ਸਿੰਘ ਢਿੱਲੋਂ ਦੀ ਨਨਕਾਣਾ ਸਾਹਿਬ ਫਾਊਂਡੇਸ਼ਨ, ਉਹਨਾਂ ਨੇ ਕੀਤਾ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਉਹਨਾਂ ਨੇ ਇੱਕ ਸੰਸਥਾ ਬਣਾਈ ਰੇਡੀਓ ਗੋਲਡਨ ਟੈਂਪਲ ਕਾਰਪੋਰੇਸ਼ਨ ਇਸ ਮਸਲੇ 'ਤੇ। ਡਾਕਟਰ ਚੌਹਾਨ ਨੇ 1979 ਦੇ ਵਿੱਚ ਦਰਬਾਰ ਸਾਹਿਬ ਵਿੱਚ ਸਿੰਬੋਲਿਕ ਟਰਾਂਸਮੀਟਰ ਵੀ ਲਾਇਆ ਜਿਹਦਾ ਐਂਟੇਨਾ ਬੁੰਗਾ ਰਾਮਕੜੀ ਦੇ ਟਾਵਰ 'ਤੇ ਸੀ, ਜਿਹੜਾ ਬਲੂ ਸਟਾਰ ਜਾ ਕੇ ਡਿੱਗਿਆ। ਸੋ 1982 'ਚ ਜਦੋਂ ਧਰਮਯੁੱਧ ਮੋਰਚਾ ਲੱਗਿਆ, ਉਹਦੇ 'ਚ ਇੱਕ ਡਿਮਾਂਡ ਲਾਈਵ ਟੈਲੀਕਾਸਟ ਸੀ ਗੁਰਬਾਣੀ ਦੀ ਜੀ।
मिस्टर गांधी ने जिहड़ियां दिल्ली तीन मंगा सिखां ने धार्मिक मनियां, उहदे विच इक मंग यह मनी सी कि दरबार साहब तो लाइव ब्रॉडकास्ट अलाउ कर रहे। सो इहदी बैकग्राउंड लगातार हैगी है। जदों टीवी चैनल शुरू होइया तो उस तो बाद इशू उठा लाइव टेलीकास्ट का। पी टी सी चैनल तो बाद ऑपरेट करना शुरू होंगी है, पहला एक दो होर चैनल आ गया सी। मैं शुरू की बैकग्राउंड थोड़ी जी पता, मैं रिपीट नहीं करना चाहता, मैं कई बार पहले गल कर चुका हूँ, क्योंकि मैं भी एक चैनल वास्ते उदों इनवॉल्व सी, क्योंकि साड़ी इंडियन एक्सप्रेस का कॉन्ट्रैक्ट से तारा पंजाबी। सो मैंने वह बैकग्राउंड की सारी पता है, लेकिन अल्टीमेटली ये राइट्स चले गए पी टी सी कोल, जिहड़ी बादल परिवार के चैनल से असली रौला उतों शुरू होंदा है। उन्होंने वर्चुअली अपना राइट बना लिया। जे किसी ने यूट्यूब पर भी हुक्मनामा पाना है, वह कह रहे भी साडा लोगो नाल यूज़ करो, इतों झगड़ा शुरू होंगे। आ जिहड़ी गल होई कि गुरबाणी बेची नहीं जा सकती, सिर्फ इन्नी ही नहीं, होर बहुत कुछ है, मैं उहदे विच नहीं जाना चाहता, क्योंकि कंट्रोवर्सी बहुत चली। ये भी छोड़ो, 1996 श्रोमणी अकाली दल का मैनीफेस्टो एस जी पी सी जनरल ऑफ इलेक्शन, उहदे विच प्रॉमिस किया होया कि असीं चैनल एस जी पी सी की लांच करांगे। 211 की मैनीफेस्टो उहदे विच फिर यह प्रॉमिस किया गया कि असीं अपना लांच करांगे टी वी चैनल। ये अकाली दल इलेक्शन जिता रहा एस जी पी सी का, अपना यह वादा पूरा क्यों नहीं किया गया? मैं तो सिर्फ इन्नी गल ही करूँगा, ये पिछे की है कि ये पिछे भी बहुत बड़ा वेस्टेड इंटरेस्ट है किसी का, क्योंकि चैनल पी टी सी दे सारिया चैनल पी टी सी ग्रुप दिया जड़ियां है उन्होंने को राइट है, तो चैनल ये ग्रुप बादल परिवार का है, इतने सारी समस्या खड़ी हो जाती है। हुण लगातार इशू बनिया, जदों पिछे एक केस बनिया है तो जथेदार अकाल तख्त ने कहा कि विदिन ए वीक तुसीं आल्टरनेटिव अरेजमेंट करो, उदों ये गल होर जोर फड़ गई। हुण ये जे अगर चैनल अपना शुरू करन एस जी पी सी वाले, तो ओरिजिनल प्रपोजल सी कि अपना चैनल शुरू करके इहदा सिग्नल डिस्ट्रीब्यूट किया जाए, वो शर्त रखिया जा जिस चैनल ने वह सिग्नल लेना है उहदे उस प्रोग्राम नूं किवें टैलीकास्ट करना है। जे कोई कसूरवार होवे जिहड़ा उस तरह ना करे, वह तो राइट्स वापस ले लो तुसीं, लेकिन तुसीं उहनूं फ्री डिस्ट्रीब्यूट करो। गुरबाणी बेची नहीं जा सकती। जिहड़े पी टी सी वाले कहिंदे कि असीं एजुकेशन फंड दिंदे हां, वह गुरबाणी बेचणदा नहीं है, वह सिर्फ डोनेशन है। मैं अज भी इत्थे खड़ा है कि यह जिहड़ी टैलीकास्ट है यह एस जी पी सी अपना चैनल बनावे तो वह सिग्नल डिस्ट्रीब्यूट करे। गल आ जाती है इन्हों की भगवंत मान होर की, ये कर सकते हैं या नहीं कर सकते, अज का इशू है बेसिकली। टैक्नीकली ये खुद दसणगे कि ये मेंड कर रहे हैं या रिकमेंड कर रहे हैं किधर नूं, क्योंकि जे जे टैलीकास्ट अंडर द एक्ट है ही नहीं, फिर ये किवें कह रहे हैं कि असीं एक्ट दे विच अमेंड करांगे कि कोई नवी क्लास जोड़ना चाहते हैं जिहड़ी लाइव टैलीकास्ट नाल रिलेटेड है। ये मेरे ख्याल से इन्हों पहले क्लीयर करना चाहिए कि असी नवी क्लास जोड़ रहे हैं। जे नवी क्लास जोड़ रहे हैं ना, फिर ये तो सिखा का कंसेंसस होना चाहिए है, क्योंकि जोड़ा ये पहला जिन्ना नरेटिव चलिया ये सिखा ने लड़ाई लड़ी है तो सिखा ने कुर्बानियां की। नहीं पर जो मैं एक मिनट, मैं एक्ट बनाने वास्ते नहीं कह रहा, सिखां दी जिहड़ी आजादी दी तारीख है उहदे वास्ते कुर्बानियां कीतियां, उहदे विच एक्ट निकलिया सी। सो इह अकाली दल दी मंग नहीं सी एक्ट बनाउणा, इह उस तारीख दे विचों निकलिया सीगा। हुण तुसीं अगे गल करो। नहीं नहीं, जदों तुसीं कह रहे हो कि अमेंड कर सकदे, जिहड़ी चीज़ तुसीं बणाई नहीं उच्च तुसीं सोध किवें कर सकदे हो? जिहड़ा एक्ट ही पार्लीमेंट दा, उहदे विच विधानसभा अमेंड किवें उहनूं कर सकदी, सोध किवें कर सकदी है, उहदे विच जोड़ जां घटा किवें करदी है? नहीं, मैं तुहानूं हुण उह पढ़ भी देना, मेरे सामने पिया जो पंजाब रीआर्गेनाइजेशन एक्ट है जी धारा 72 है, जिदे अंडर हरियाणा ने यह एक्ट बनाया है। एक मिनट, मैं कंप्यूटर खोल अपना खोलिया है, लो मैं तुम पढ़ देना। जनरल प्रोविजन एज टू स्टैचूटरी कारपोरेशन सैक्शन 72(1) same otherwise expressly provided by the foregoing provisions of this part, where any body corporate constituted under a central act, state act or provincial act for the existing state of Punjab
और एनी पार्ट देयर ऑफ सर्व द नीड। मुद्दा यह है कि सेंट्रल गवर्नमेंट 1966 तो बाद जड़ियाँ इंटरेस्टेड बॉडीज है एस जी पी सी सी पंजाब यूनिवर्सिटी सी पंजाब एग्रीकल्चर यूनिवर्सिटी सी कि इन बारे जो लॉज है सेंट्रल गवर्नमेंट बनाएगी वो ऑपरेट होंगे स्टेट की पावर नहीं सी रही तो उस ये कि हौली हौली स्टेट्स अपन बॉडीज वक्रिया कर लैनगियाँ एग्रीकल्चर यूनिवर्सिटी वक्री होगी यूनिवर्सिटियां वक्रिया हो गई सो वह चलता सीगा लेकिन एस जी पी सी इको ही एक्ट से जोड़ा लगातार अज की डेट तक ये जुरिसडिक्शन पार्लीमेंट के कोल है सो इस अज की डेट के जी अमेंडमेंट है वह यूनियन होम मिनिस्ट्री क्यों मूव होंगी है हुण जिहड़ी ये गल भगवंत मान होर ने गल की है कि असी एक्ट के अमेंडमेंट लिया रहे जी। मैं गल रिपीट कर दिना लाइव टैलीकास्ट एक्ट के अंडर नहीं है कि ये एक्ट के अंडर लिया चाहते हैं जे एक्ट के अंडर लिया चाहते हैं कि ये 1925 का एक्ट अमेंड कर सकते हैं या ये कोई रेजोल्यूशन पास करके केंद्र सरकार को भेज सकते हैं ये एक्सप्लेन तो सरकार ही कर सकती है जी। सरदार हमीर सिंह जी तुसी सारी गलबात दे निचोड़ ते आ जाओ मैं चाहुंदा है कि एक बारी तुसी क्योंकि जदों गवर्नमेंट इहदे विच सिद्धा इनवॉल्व हो रही है पहला भगवंत मान साहब ने गल कही सी कि असी सारे इक्विपमेंट जिहड़े उह देण नूं तैयार आ सरकारी खर्चा झलण नूं तैयार आ तुसी इह करो इहदे नाल तुहानूं लगदा कि श्रोमणी कमेटी और अकाली दल दे उत्ते एथिकली अखलाकी तौर ते बोझ बन जाऊगा जिहड़ी टेंडर प्रक्रिया शुरू होने वाली है जुलाई की एक डेट है जिद्दे तक उन्हां दा प्रसारण अधिकार है जिथों मुक जाना है उस तो बाद जिहड़ी टेंडर प्रक्रिया इहनू इहनू होर ट्रांसपेरेंट करना पवेगा जां इह टेंडर प्रक्रिया दौरान प्रैशर रहेगा इह इही एक तरीका है इह तुहानूं लगदा है प्रैशर च आ जाणगे। हाँ बिल्कुल एक मैं पहला थोड़ा जहाँ कलैरिटी मैं एक गल करना चाहना जी पुरानी गल हुई सी भी फिरकू या कम्यूनल है या नहीं कम्यूनल का मतलब यह नहीं कि दो धरामों सामने खड़ी ने यह नरोली सिख बॉडी है किसी होर रिलीजन का बंदा एंटर नहीं कर सकता और उस बाद हुण अमृतधारी तो बिना वोटर नहीं सहजधारी बाहर निकल चुके हैं उस ढंग एक स्पैशल भाईचारे का जो एक विंग है एक्ट के अकॉर्डिंगली भी एक स्पैशल भाईचारे के लोग ही वोट पा रहे हैं इस एंगल तो एक कम्यून का एक जो एंगल है ना सारे साढ़े असल च कम्यूनल का ठीक है उस हाँ उस गल दे एक एंगल उहदे च आउंदा जदों तुसीं गल करदे हो उस पद्धर दे उत्ते दूजी गल जिहड़ी बिल्कुल जदों जे गौर जे पैरलर कोई प्रैशर बिल्ड हुंदा रहे ना तां नॉर्मली श्रोमणी अकाली दल भी ते आम आदमी पार्टी भी जां कांग्रेस भी जां जिहड़े भी पंजाब दी धरातल ते अपने पैर जमाउणा चाहुंदा कोई एक गल उहनूं क्लीयर है कि इत्थे फिलोसफिकली भी और धरातल ते प्रैक्टिकली भी सिख सिद्धांत या सिख प्रैक्टिस जिहड़ी है वह काफी पोलिटिकली भी तुसीं नहीं सरवाइव कर सकते जे इन दी लॉन्ग रन उहनूं अड्रैस नहीं करते उन्हां गल्लां नूं जां उहदे नाल मिल के नहीं चलते जदों डोमेन कल्ला छड्ड दिंदे तुसीं इक लई फिर वह अपनी गेम फुल खेडदा है जद एवें प्रैशर बिल्ड हुंदा रहेगा तां प्रैशर आटोमैटिकली आउंदा तो बिना शक आऊगा क्योंकि पहला तो जनरल गल करते जथेदार ने करती या किसी ने हुण जदों कोई राइवल बंदा करता वह भी पावर च आया होया बंदा करता तो लाजमी वह प्रैशर फील करेगी श्रोमणी गुरुद्वारा प्रबंधक कमेटी किसी ना किसी रूप के जरूरी ने सरकार भी मने क्योंकि इदू पहला भी सुप्रीम को श्रोमणी कमेटी यही कहती है कि असी किसी सरकार का दखल नहीं मानते सिख पंथे हो जाए वह अपने आप डोनेट कर सकता सारिया चीजा बाकी चीजा ने यह उन्होंने बयान आया से इन्ह सारे मामलों के प्रवानता नहीं करेगी पर उ यह प्रैशर जरूर रहेगा कि कल प्राइवेट चैनल में तुम ऐसे के रखोगे ज टेंडर के राही ज अपना बनाओगे जो कोई होर सोल्यूशन कढ़ोगे वो प्रैशर तो मेरा ख्याल है कि सुभाविक है कि बन ही सकता उस पद्धर दे उत्ते जी। ये एक चीज होर जाते जाते दस दौ कि जदों भगवंत मान इनू विधानसभा च लैके आउणगे कांग्रेस की स्थिति रहेगी क्योंकि जेकर तां दिल्ली वाले ऑर्डिनेंस के खिलाफ ये मामला आता है तो उत्थे कांग्रेस लई काफ़ी संकट बनया होया जे हालांकि बिजनेस का हिस्सा नहीं जदों गवर्नर ने यह गल पुछी है तो उन्होंने कहा असी साडी कैबिनेट 19 तरीक नूं डिसाइड करूगी जेकर वह ऑर्डिनेंस के खिलाफ भी मता लै आउंदे केंद्र के खिलाफ निंदा प्रस्ताव लै आउंदे उत्थे भी कांग्रेस फसी हुई है कि नाल खलोवे जां बाहर चले जे विरोध करे जां गैर हाजिर हो जाए तो जे ये मता आता तो कांग्रेस की पोजिशन होगी क्योंकि अकाली दल के सिर्फ 3 मैंबर ने
और तिना दे विच भी एक मनप्रीत सिंह अयाली सिद्धांतक तौर पर अकाली दल की मौजूदा लीडरशिप नाल बहुते सहमत दिसते नहीं, ते जिहड़े बीजेपी के दो आ उन्हां नूं लगता है कि इस मामले च कोई ज्यादा दिलचस्पी नहीं होने वाली। यह कांग्रेस का स्टैंड मैनूं जरूर दस्सिओ। असल दे विच बहुत सारे मुद्दे ने जिहदे च सारयां दी भी सहमति कई बार रही है ते हो जांदी रही है, पर जिहड़ा ये सवाल है चाहे ऑर्डिनेंस का सवाल है चाहे बाकी, बावजूद इहदे कि नैशनल लीडरशिप थोड़ा बहुत सोचदी होवे कि देखा जा सकता है, पर जिहड़ा इत्थे टकराव चल रहा है ते स्टेट लीडरशिप नहीं चाहुंदी किसी भी रूप दे विच इह होवे। दूजी गल, आम आदमी पार्टी कहिंदा कोई फैडरलिज्म दी सिधांतक लड़ाई लड़ रही है, वह भी कल्ला अपने ऑर्डिनेंस की गल कर रही है। तीजा गवर्नर का क्वेश्चन है, गवर्नर ने तो जो लोटस ऑपरेशन लोटस से नहीं सदन दिता तो उदू बाद उन्होंने बदल लिया सी, असल च मता ऑपरेशन लोटस वाला लै आए सी, उहदे ते तां गवर्नर नूं विधानसभा के अंदर की जाना है, किहड़ा मता चीफ मिनिस्टर ने मौके पर देना है, किहड़ा यह जरूरी भी इहदे च नहीं गवर्नर कुछ कर सकता। मेरे ख्याल कोई यह कहे कि गवर्नर भी आह नहीं दे सकते आह दे सकते, वह इंडिपेंडेंट हैसीयत है लैजिस्लेचर की, तो गवर्नमेंट या कोई प्राइवेट मता जिहड़ा मर्जी आ सकता है, विधानसभा ही उन्हें रिजैक्ट या एक्सैप्ट कर सकती है, गवर्नर नहीं कर सकता। उदू बाद जो सैशन चल रहा है तो वह इस पद्धर के उत्ते होंगे। हाँ, इस मुद्दे के उत्ते कांग्रेस बिल्कुल बिच विचाले, कांग्रेस यह गल करती रही है शुरू तो कि दरबार साहब के मामले मतलब प्रसारण एवं होना चाहिए, पीटीसी के मुद्दे से भी गल्ला सिद्धांतक तौर पर कांग्रेस दूजे पासे खड़ी है, पर जब प्रपोजल हुण इस पासे आएगी तो मेरे ख्याल है कि नॉर्मली यहोजे मामले इदों पहले ही यहोजे मतिया तो पहले ही रौला रूला पै जाता, कांग्रेस बाहर आ ही जाती है यहोजे मुद्दों से जिहड़े होर मुद्दों से करके, जिहड़ा भी ना उधर करो ना उधर करो, बाहर आके कहो भी सिद्धांतक तौर पर असं सहमत हाँ, पर गवर्नमेंट जिस तरीके कर रही है असं ये भी सहमत नहीं, वो बिच विचाला जा स्टैंड होएगा, कोई कलैरिटी वाला स्टैंड बनना नहीं, जो जो हालात ने ना उहदे च क्लीयर कट मैं इत्थे खड़ा जां मैं इत्थे नहीं खड़ा वह नहीं बनना। तो अगली गल यह है कि ये वाकई लाच अमेंडमेंट का क्वेश्चन है जां एक मत है, दो चीजा च बुनियादी अंतर होंगे। ला दे विच फिर विधानसभा अपना राइट असर्ट करती है कि मैनू यह हक है, मैं ये कानून बना रहा, तो अगली अथॉरिटी को जे तो देखो कुछ सबजैक्ट योजे ने जिथे कंकरेंट लिस्ट च जो सबजैक्ट आते हैं, कंकरेंट लिस्ट के सबजैक्ट च केंद्र भी कानून बना सकता राज भी, और जिन्हें भी जिम्मे पुलिस का लॉ एंड ऑर्डर द आईपीसी है सीआरपीसी है बहुत सारिया स्टेटा अमेंड करके भेज दिंदियां ने, वो जाके थ्रू राष्ट्रपति आ जाता है तो वह कलॉज जुड़ जाती है पार्टीकुलर स्टेट के वास्ते, वह कंट्रास्ट नहीं होंगे आपस के कारण यह होंगे कि दोनों को कानून बनाने का हक है टकरा, जिथे सेंटर और स्टेट का टकरा उ सेंटर की मनी जाती है, जिथे नहीं टकरा पार्टीकुलर स्टेट को कोई जरूरत है अपनी, तो उत्थे जिवें हुण एजुकेशन का मामला है सिलेबस का मामला है, सिलेबस चो सारिया चीजा कढ़िया जा रही ने, कोई स्टेटमेंट स्टेट गवर्नमेंट अपना सिलेबस आप चाहे कि असी तो लागू करना यह रोकया नहीं जा सकता यूनियन गवर्नमेंट वालों, क्योंकि यह उसके नाल टकरावा नहीं है, वह एडिशनल सब्जेक्ट अपने आप दे रहे हैं अपने तरीके नाल कर रहे हैं उस तरीके नाल। हुण रिलीजन का मामला यह रिले करन का मामला जिहड़ा साडे सामने है कि कोई इहो जिहा नुकता वरत के वह चाहणगे कि सानू भी राइट है साडी स्टेट मुताबक इन्ना क असी चाहुंदे आ कि इत्थे आ होवे जां ना होवे, फिर तां कोई एक लीगल डिबेट चलूगी, जे केवल एक मता सैकड़े मते तों पहलां पैंदे ने स्टेटां दीआं खुद मुख्तियारियां दे भी कई बार पै गए, बाकी मता केवल एक नोशनल वैल्यू रखता है, मता कोई अथॉरिटी की वैल्यू नहीं रखता किसी भी रूप के, ठीक है कि खबर छपनगियां एक बार से बाकी चीजा ने, हुण ला पॉइंट से आएगा ज रेगुलेशन आएगा यह इदो बाद पता लगेगा जो कैबिनेट मंजूर करेगी की आ रहा है। कि जदों राइट्स की गल आऊगी तो यह हरियाणे का और सुप्रीम कोर्ट का हवाला दे के कानून अपने तौर पर बना के जो भेज देंगे तो की संविधानक होगा। मैं पहली गल तो क्लीयर कर दिया कि कांग्रेस जो गल की कांग्रेस पिछले अपने अपने टर्म के मता पास कर चुके असैम्बली के, सो पहला तो इशू आप इस मामले से आँदी एंट्री बाद करती है, पहला तो लगातार डिमांड यह कांग्रेस पार्टी करती रही है, और जो असैम्बली उन्होंने मता पास करवाया है तो हुण उत्थों बैकट्रैक किवें कर सकदी है, सिंपल जी गल हैगी है, तो कोई गल नहीं गी। हुण गल ये है कि ये मैं पहला भी गल की है कि सर कलैरिटी ही नहीं है कि ये एक्ट नूं अमेंड करनगे या मता लैके आउणगे, जे एक्ट नूं अमेंड करनगे तो वह फिर चैनल किवें ऑपरेट करनगे लीगल, इन्होंने कोई सलाह नहीं होनी है, जे इन्होंने ट्वीट किया है कि असीं एक्ट अमेंड करांगे
ਇਹਨਾਂ ਨੇ ਇਹਦਾ ਮਤਲਬ ਹੈ ਕਿ ਪੂਰੀ ਸਲਾਹ ਲੈ ਕੇ ਇਹ ਕੰਮ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਨਾਲ ਇੱਕ ਆਸਪੈਕਟ ਇਹ ਵੀ ਉੱਠ ਰਿਹਾ ਸੀ ਪਹਿਲਾਂ ਕਿ ਕੀ ਪੰਜਾਬ ਹਿਮਾਚਲ ਨੂੰ ਇਸ ਐਕਟ 'ਚੋਂ ਬਾਹਰ ਕਰ ਸਕਦਾ ਹੈ। ਜੇ ਹਿਮਾਚਲ ਬਾਹਰ ਹੋ ਜਾਏ ਤਾਂ ਇਹ ਫਿਰ ਅੰਡਰ ਪੰਜਾਬ ਅਸੈਂਬਲੀ ਇਹ ਐਕਟ ਸਿੱਧਾ ਆ ਜਾਏਗਾ। ਹਿਮਾਚਲ ਦੀ ਇੱਕੋ ਹੀ ਸੀਟ ਹੈ। ਜਦੋਂ ਇਹ ਨੈਰੇਟਿਵ ਸ਼ੁਰੂ ਹੋਇਆ ਸੀ ਉਦੋਂ ਇਸ਼ੂ ਇਹ ਉੱਠਿਆ ਸੀ ਕਿ ਕੀ ਪੰਜਾਬ ਸਰਕਾਰ ਇਹ ਅਮੈਂਡਮੈਂਟ ਕਰ ਸਕਦੀ ਹੈ। ਉਹਦੀ ਹੁਣ ਤੱਕ ਕਲੈਰਿਟੀ ਨਹੀਂ ਸੀ ਆਈ। ਇੱਕ ਸੈਕਸ਼ਨ ਕਹਿ ਰਿਹਾ ਸੀ ਕਿ ਕਰ ਸਕਦੀ ਹੈ, ਦੂਜਾ ਸੈਕਸ਼ਨ ਕਹਿ ਰਿਹਾ ਸੀ ਵੀ ਨਹੀਂ ਹੋ ਸਕਦੀ, ਇਹ ਪਾਰਲੀਮੈਂਟ ਹੀ ਕਰ ਸਕਦੀ ਹੈ। ਲੇਕਿਨ ਹਰਿਆਣੇ ਨੇ ਕੀਤਾ ਉਹ ਅੰਡਰ ਆਪਣੇ ਸੈਕਸ਼ਨ 72 ਕੀਤਾ, ਜਿਹੜਾ ਮੈਂ ਪੜ੍ਹ ਕੇ ਸੁਣਾਇਆ। ਉਹ ਹਰਿਆਣੇ ਸਕਸੈਸਰ ਸਟੇਟ 'ਤੇ ਲਾਗੂ ਹੁੰਦਾ, ਜਿਹੜੀ ਪੇਰੈਂਟ ਸਟੇਟ ਆ ਉਹ 'ਤੇ ਲਾਗੂ ਨਹੀਂ ਹੁੰਦਾ, ਉਹ ਫਰਕ ਹੈ। ਸੋ ਹੁਣ ਇਹੀ ਸਮੱਸਿਆ ਹੁਣ ਹੈ, ਜੇ ਪੰਜਾਬ ਅਮੈਂਡ ਕਰ ਸਕਦਾ ਹੋਵੇ ਤਾਂ ਮੇਰੇ ਖਿਆਲ 'ਚ ਨਾਲ ਹੀ ਹਿਮਾਚਲ ਨੂੰ ਬਾਹਰ ਕੱਢ ਜਾਣ। ਇੱਕ ਸੀਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਚੰਡੀਗੜ੍ਹ ਆਲਰੇਡੀ ਉਹ ਕਲਾਸ ਐਗਜ਼ਿਸਟ ਕਰਦੀ ਹੈ ਜਿਹਦੇ ਵਿੱਚ ਇਹ ਐਕਟ ਚੰਡੀਗੜ੍ਹ 'ਤੇ ਡਾਇਰੈਕਟਲੀ ਅਪਲਾਈ ਹੁੰਦਾ ਹੈ, ਉਹ ਵੱਖਰੀ ਯੂਨਿਟ ਨਹੀਂ ਗਿਣਿਆ ਜਾਂਦਾ। ਤਾਂ ਮੇਰੇ ਖਿਆਲ 'ਚ ਦੋਵੇਂ, ਜੇ ਭਗਵੰਤ ਮਾਨ ਨੇ ਐਕਟ ਅਮੈਂਡ ਕਰਨਾ ਹੈ ਤਾਂ ਦੋਵੇਂ ਹੀ ਇੱਕ ਤਾਂ ਐਡੀਸ਼ਨ ਕਰਨੀ ਹੈ ਇਹਨਾਂ ਨੇ ਟੈਲੀਕਾਸਟ ਦੀ, ਜੇ ਕਰ ਸਕਦੇ ਕਿ ਨਹੀਂ ਗੱਲ ਵੱਖਰੀ ਹੈਗੀ, ਲੇਕਿਨ ਨਾਲ ਮੇਜਰ ਅਮੈਂਡਮੈਂਟ ਕਰ ਤੇ ਹਿਮਾਚਲ ਨੂੰ ਬਾਹਰ ਕਰਨ ਤੇ ਐਕਸ਼ਨ ਦਾ ਪੰਜਾਬ ਦੇ ਥੱਲੇ ਆ ਜਾਏਗਾ। ਔਰ ਉਹਦੇ ਨਾਲ 5 ਸਾਲ ਬਾਅਦ ਚੋਣਾਂ ਹੋਣ ਦਾ, ਸਮੂਥਲੀ ਚੋਣਾਂ ਹੋਣ ਦਾ ਰਾਹ ਵੀ ਪੱਧਰਾ ਹੋ ਜਾਊਗਾ। ਕੇਂਦਰ ਵੱਲ ਨਹੀਂ ਦੇਖਣਾ ਪਏਗਾ, ਸਟੇਟ ਆਪਣੇ ਤੌਰ ਤੇ ਇਹ ਅੱਗੇ ਵਧਾ ਸਕਦੀ ਹੈ, ਪਰ ਏਡਾ ਆਸਾਨ ਨਹੀਂ। ਇਹਦੇ ਨਾਲ ਸੀਮਤ ਹੁੰਦੇ ਜਾਣਾ ਕਮਿਊਨਿਟੀ ਦਾ ਜਾਂ ਪ੍ਰਬੰਧਾਂ ਦਾ, ਗੁਰੂ ਘਰਾਂ ਦਾ ਸੀਮਤ ਆ ਹੀ, ਕਿਉਂਕਿ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਇਹ ਮੰਨਿਆ ਹੀ ਨਹੀਂ ਕਿ ਹਰਿਆਣਾ ਕਮੇਟੀ ਨੂੰ ਉਹਨਾਂ ਛੱਡਤਾ ਜਾਂ ਉਹਦੇ ਖਿਲਾਫ਼। ਸਿਧਾਂਤਕ ਤੌਰ ਤੇ ਗੁਰਦੁਆਰਿਆਂ ਦਾ ਪ੍ਰਬੰਧ, ਇੰਸਟੀਟਿਊਸ਼ਨਸ ਦਾ ਪ੍ਰਬੰਧ ਹਰਿਆਣਾ ਕਮੇਟੀ ਲੈ ਚੁੱਕੀ ਆ, ਜਿਹੜੇ ਉਹਨਾਂ ਦੇ ਯੂਰੀਡਿਕਸ਼ਨ 'ਚ ਆਉਂਦੇ ਸੀਗੇ, ਪਰ ਸ਼੍ਰੋਮਣੀ ਕਮੇਟੀ ਅਜੇ ਵੀ ਪ੍ਰਿੰਸੀਪਲ ਇਹ ਮੰਨਣ ਲਈ ਤਿਆਰ ਨਹੀਂ ਕਿ ਹਰਿਆਣਾ ਕਮੇਟੀ ਨੂੰ ਅਸੀਂ ਵੱਖਰੇ ਹੋਣ ਦੀ ਸਹਿਮਤੀ ਦਿੰਦੇ ਹਾਂ। ਖੈਰ ਇਹ ਲੜਾਈ ਵੱਡੀ ਹੋਊਗੀ, ਔਰ ਇਹ ਲੜਾਈ ਦੇ ਵਿੱਚ ਜਿਵੇਂ ਪਹਿਲਾਂ ਗੱਲ ਕੀਤੀ ਹੈ ਤੁਸੀਂ ਕਿ ਕਿਸੇ ਵੇਲੇ ਉਲਟੀ ਵੀ ਪੈ ਜਾਂਦੀ ਹੁੰਦੀ ਹੈ ਸਰਕਾਰਾਂ ਨੂੰ, ਇਹ ਬੜਾ ਬਰੀਕ ਜਿਹਾ ਮਾਮਲਾ ਹੈ। ਖੈਰ ਇਹਦੇ ਵਿੱਚ ਇੱਕ ਬੜਾ ਅਹਿਮ ਸਵਾਲ ਆ ਕਿ ਕਾਂਗਰਸੀਆਂ ਦੀ ਸਥਿਤੀ ਪਹਿਲਾਂ ਨਾਲੋਂ ਵੱਖਰੀ ਹੈ। ਮੈਂ ਇੱਕ ਕੰਡੀਸ਼ਨ ਹੋਰ ਕਰਦੇ ਆ ਜੀ, ਮੈਂ ਆਪਣੇ ਟਵੀਟ ਦੇ ਵਿੱਚ ਇੱਕ ਲਾਈਨ ਵਰਤੀ ਹੈ ਬਈ, ਇਹ ਜਿਹੜਾ ਸਿੱਖ ਵਰਤਾਰਾ ਹੈ ਨਾ, ਸਿੱਖ ਧਾਰਮਿਕ ਤੇ ਸਿਆਸੀ ਵਰਤਾਰਾ, ਇਹ ਮਾਈਨ ਫੀਲਡ ਹੈ। ਜਦੋਂ ਬੰਦਾ ਇਹਦੇ 'ਚ ਐਂਟਰ ਕਰ ਜਾਂਦਾ ਹੈ ਨਾ, ਉਹਨੂੰ ਫਿਰ ਪਤਾ ਨਹੀਂ ਕਿਹਦਾ ਕੀ ਨੁਕਸਾਨ ਹੋ ਜਾਂਦਾ ਹੈ। ਇਹ ਜਿਹੜਾ ਸੋਚ ਕੇ ਇਸ ਡੋਮੇਨ 'ਚ ਐਂਟਰ ਕਰਨਾ ਜਿਹੜਾ ਭਗਵੰਤ ਮਾਨ ਜੀ ਨੂੰ, ਇਹ ਇੰਨਾ ਆਸਾਨ ਕੰਮ ਨਹੀਂ। ਬਹੁਤ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ ਜੀ।